ਐਰਟੈੱਲ ਆਵਾਜ਼ ਪੰਜਾਬ ਦੀ। ਹਸਤੀ ਕੋ ਮੁਹੱਬਤ ਮੇ ਫਨਾ ਕੌਣ ਕਰੇਗਾ, ਯੇ ਫਰਜ਼ ਅਦਾ ਮੇਰੇ ਸਿਵਾ ਔਰ ਕੌਣ ਕਰੇਗਾ। ਐ ਸ਼ੇਖ ਨਾ ਕਰ ਵਾਦਾ ਕਸ਼ੋਂ ਕੋ ਨਸੀਹਤ, ਸਭ ਬਨ ਜਾਏਂਗੇ ਨੇਕ ਤੋ ਫਿਰ ਖਤਾ ਕੌਣ ਕਰੇਗਾ। ਸੁਰਾਂ ਦੇ ਸੁਰੀਲੇ ਸਫ਼ਰ ਯਾਨੀ ਕਿ ਆਵਾਜ਼ ਪੰਜਾਬ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਇਸ ਹਫ਼ਤੇ ਤੁਸੀਂ ਵੇਖਿਆ ਕਿ ਸਾਡੇ 4 ਫੀਮੇਲ ਕੰਟੈਸਟੈਂਟ ਅਤੇ 4 ਮੇਲ ਕੰਟੈਸਟੈਂਟਸ, ਮੁਕਾਬਲਾ ਬਹੁਤ ਹੀ ਸਖ਼ਤ ਔਰ ਹੁਣ ਨਤੀਜੇ ਦੀ ਘੜੀ, ਕਿਉਂਕਿ ਪੂਰਾ ਹਫ਼ਤਾ ਇਹਨਾਂ ਫਨਕਾਰਾਂ ਨੇ ਵੀ ਇੰਤਜ਼ਾਰ ਕੀਤਾ, ਤੁਸੀਂ ਵੀ ਇਹਨਾਂ ਸਭ ਨੂੰ ਸੁਣਿਆ ਅਤੇ ਇੰਤਜ਼ਾਰ ਤੁਹਾਨੂੰ ਵੀ ਹੈ ਕਿ ਇਹਨਾਂ ਵਿੱਚੋਂ ਕਿਹੜੇ ਹੋਣਗੇ ਸਾਡੇ 2 ਉਹ ਕੰਟੈਸਟੈਂਟ ਜੋ ਜਾਣਗੇ ਸੈਮੀਫਾਈਨਲ ਦੇ ਵਿੱਚ। ਅਤੇ ਇਸ ਦੇ ਨਾਲ ਹੀ ਮੰਚ 'ਤੇ ਸੱਦਾ ਉਹਨਾਂ ਫਨਕਾਰਾਂ ਨੂੰ ਜਿਨ੍ਹਾਂ ਨੇ ਬੜੀ ਬਰੀਕ ਸੋਚ ਦੇ ਨਾਲ ਇਹਨਾਂ ਦੀ ਗਾਇਕੀ ਦੀ ਪਰਖ ਕੀਤੀ ਹੈ, ਜਨਾਬ ਹੰਸ ਰਾਜ ਹੰਸ, ਜਸਪਿੰਦਰ ਨਰੁੱਲਾ ਅਤੇ ਸਚਿਨ ਅਹੂਜਾ ਜੀ। ਕੁਆਟਰ ਫਾਈਨਲ ਰਾਊਂਡਸ ਅਤੇ ਅੱਜ ਇੰਤਜ਼ਾਰ ਦੀਆਂ ਘੜੀਆਂ ਖਤਮ ਕਰਦੇ ਹੋਏ ਸਾਡੇ 4 ਮੇਲ ਕੰਟੈਸਟੈਂਟਸ, ਮੁਕਾਬਲਾ ਬਹੁਤ ਹੀ ਸਖ਼ਤ ਸੀ ਕਿਉਂਕਿ ਕਿਸੇ ਨੇ 1 ਰਾਊਂਡ ਵਧੀਆ ਗਾਇਆ ਅਤੇ ਕਿਸੇ ਨੇ ਦੂਸਰਾ, ਕਿਸੇ ਦੇ 3 ਰਾਊਂਡ ਵਧੀਆ ਸੀ, ਕਿਸੇ ਦੇ 4, ਪਰ ਉਹਦੇ ਵਿੱਚੋਂ ਕੌਣ ਸਭ ਤੋਂ ਵਧੀਆ ਸੀ ਇਹ ਜੂਰੀ ਮੈਂਬਰਸ ਨੇ ਫੈਸਲਾ ਕੀਤਾ ਹੋਇਆ। ਪਰ ਮੈਂ ਚਾਹਾਂਗੀ ਕਿ ਉਹਨਾਂ 4 ਫਨਕਾਰਾਂ ਨੂੰ ਇੱਕ ਵਾਰੀ ਫਿਰ ਤੁਹਾਡੇ ਰੂਬਰੂ ਕੀਤਾ ਜਾਏ ਅਤੇ ਸਾਡੇ ਸਭ ਤੋਂ ਪਹਿਲੇ ਮੇਲ ਕੰਟੈਸਟੈਂਟ ਮਾਸ਼ਾਲੀ, ਕਿਹੋ ਜੀ ਰਹੀ ਮਾਸ਼ਾ ਅਲੀ ਦੀ ਪਰਫਾਰਮੈਂਸ ਕੁਆਟਰ ਫਾਈਨਲ ਰਾਊਂਡ ਦੇ ਵਿੱਚ, ਆਓ ਵੇਖਨੇ ਖਾ ਕੇ ਠੇ ਠੋਕਰਾਂ ਮਾਇਆ ਆ ਗਏ ਤੇਰੇ ਕਬ ਸਾਨੂੰ ਅਜੇ ਹੋਏ ਨਾ ਦੀਦਾ ਲੋਕਾਂ ਦੀਆਂ ਇਸ਼ਾਰੇ ਨਾਲ ਦਿਲ ਕੱਢਣਾ ਅੱਖ ਦੇ ਇਸ਼ਾਰੇ ਨਾਲ ਦਿਲ ਕੱਢਣਾ ਹੁਸਨ ਜਵਾਨੀ ਵਾਲਾ ਕਹਿ ਟਹਿ ਗਿਆ ਆਪਾਂ ਚੱਲੀਏ ਵੇ ਸੋਹਣਿਆ ਸਾਨੂੰ ਕਾਹਦੀ ਚੋਰੀ ਦੋ ਤਾਰਾ ਵੱਜਦਾ ਬਹੁਤ ਹੀ ਟਫ ਸੀ, ਮੈਨੂੰ ਪੂਰੀ ਪੂਰੀ ਉਮੀਦ ਹੈ ਕਿ ਉਹਦਾ ਰਿਜ਼ਲਟ ਅੱਛਾ ਹੀ ਆਉਣਾ ਚਾਹੀਦਾ, ਬਾਕੀ ਜਿੱਦਾਂ ਰੱਬ ਕਿਰਪਾ ਕਰੇ। ਔਰ ਹੁਣ ਵਾਰੀ ਜਿਊਰੀ ਮੈਂਬਰਸ ਦੀ। ਹਾਂਜੀ ਹੰਸ ਜੀ, ਅਲੀ ਜਿਹਦੇ ਨਾਮ ਨਾਲ ਲੱਗ ਜਾਏ ਵੈਸੀ ਬਰਕਤ ਪੈ ਜਾਂਦੀ ਹੈ, ਅਤੇ ਮਾਸ਼ਾ ਅੱਲਾ ਇਹਨਾਂ ਨੂੰ ਅਸੀਂ ਕਿਹਾ ਕਈ ਵਾਰੀ ਤਿੰਨਾਂ ਨੇ ਇਹਨਾਂ ਦੀ ਪਰਫੋਰਮੈਂਸ ਦੇਖ ਕੇ, ਗਾਣਾ ਬਾਖੂਬੀ ਗਾਉਂਦੇ ਨੇ, ਸੱਚ ਨੇ ਪਰ ਪੱਕ ਹੈ। ਕਿਤੇ ਕਿਤੇ ਇਸ ਤਰ੍ਹਾਂ ਹੋਇਆ ਕਿ ਜਿੱਦਾਂ ਫੋਕ ਰਾਊਂਡ ਵਿੱਚ ਇਹਨਾਂ ਨੇ ਗੀਤ ਗਾਤਾ, ਲੇਕਿਨ ਸੁਰੀਲਾ ਇੰਨਾ ਸੀ ਅਸੀਂ ਇਹਨਾਂ ਨੂੰ ਨਹੀਂ ਟੋਕਿਆ, ਅਦਰਵਾਈਜ਼ ਟੋਕੀ ਦਾ ਜਾਂ ਕੁਛ ਇੱਦਾਂ। ਬਹੁਤ ਅੱਛਾ ਹੈ, ਬਹੁਤ ਹੀ ਵਧੀਆ, ਬੜਾ ਮੈਂ ਇੰਪ੍ਰੈਸ ਹੋਇਆ ਇਹਨਾਂ ਤੋਂ, ਔਰ ਮੇਰਾ ਇਹ ਰਿਵਾਜ਼ ਆ, ਮੈਂ ਇੰਪ੍ਰੈਸ ਹੋ ਜਾਂਦਾ ਕੋਈ ਚੰਗੀ ਚੀਜ਼ ਲੱਭੇ ਉਹ ਮੈਂ ਚੁਣ ਕੇ ਉਹਦੇ ਤੋਂ ਇੰਪ੍ਰੈਸ ਹੋ ਜਾਂਦਾ। ਜਿਹੜੇ ਟੈਕਨੀਕਲ ਗੱਲਾਂ ਨੇ ਉਹਦੇ 'ਚ ਇਹ ਮਾਹਰ ਨੇ ਮੈਡਮ ਜੀ ਔਰ ਸਚਿਨ ਸਾਹਿਬ, ਕਿਉਂਕਿ ਮਿਊਜ਼ਿਕ ਡਾਇਰੈਕਟਰ ਨੇ, ਉਹਨਾਂ ਦਾ ਉਹ ਫੀਲਡ ਹੈ ਰੋਲ ਟੈਕਨੀਕਲੇ। ਜਸਪਿੰਦਰ ਜੀ, ਕਿਹੋ ਜਿਹੀ ਗਾਇਕੀ ਸੀ ਮਾਸ਼ਾ ਦੀ? ਮਾਸ਼ਾ ਅੱਲਾ, ਬਹੁਤ ਹੀ ਅੱਛਾ, ਮੈਂ ਹਾਈਲੀ ਇੰਪ੍ਰੈਸਡ ਹਾਂ ਔਰ ਚਾਹੁੰਦੀ ਹਾਂ ਬਸ ਆਪਣਾ ਰਿਆਜ਼ ਜਾਰੀ ਰੱਖੋ ਔਰ ਆਪਣੀ ਜੋ ਵੀ ਗਲਤੀਆਂ ਹਨ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਔਰ ਹਰ ਇਨਸਾਨ ਨੂੰ
ਹਰ ਇੱਕ ਇਨਸਾਨ ਨੂੰ ਆਪਣੀ ਕੌਨਸ਼ੀਅਸ ਪਤਾ ਹੁੰਦੀ ਹੈ, ਉਹਨਾਂ ਨੂੰ ਅੰਦਰੋਂ ਪਤਾ ਹੁੰਦਾ ਕਿ ਉਹ ਉਹਨਾਂ ਵਿੱਚ ਕੀ ਖਾਮੀਆਂ ਨੇ। ਸੋ ਉਸਨੂੰ ਅਗਰ ਅਸੀਂ ਕੋਸ਼ਿਸ਼ ਕਰੀਏ ਬਦਲਣ ਦੀ ਜਾਂ ਮੋਲਡ ਕਰਨ ਦੀ ਆਪਣੇ ਆਪ ਨੂੰ, ਤਾਂ ਕਰ ਸਕਦੇ ਹਾਂ। ਆਲ ਦਾ ਬੈਸਟ ਸਚਿਨ। ਠੀਕ ਹੈ, ਵਧੀਆ, ਬਹੁਤ ਅੱਛਾ ਸਿੰਗਰ ਹੈ, ਵੋਇਸ ਕੁਆਲਿਟੀ ਬਹੁਤ ਅੱਛੀ ਹੈ, ਟੋਨ ਬਹੁਤ ਕੜਕ ਟੋਨ ਜਿਹਨੂੰ ਅਸੀਂ ਕਹਿ ਸਕਦੇ ਹਾਂ, ਬਹੁਤ ਅੱਛੀ ਬ੍ਰਾਈਟ ਟੋਨ ਹੈ ਵੋਇਸ ਦੀ। ਕੁਝ ਗਲਤੀਆਂ ਇਹਨਾਂ ਨੇ ਕਰੀਆਂ ਜੋ ਮੈਨੂੰ ਮਹਿਸੂਸ ਹੋਈਆਂ ਇਹਨਾਂ ਦੀ ਪਰਫੋਰਮੈਂਸ ਦੇ ਦੌਰਾਨ। ਇੱਕ ਤਾਂ ਮੈਂ ਉਸ ਵੇਲੇ ਵੀ ਇਹਨਾਂ ਨੂੰ ਟੋਕਿਆ ਸੀ ਜਦ ਇਹਨਾਂ ਨੇ ਪੋਪੂਲਰ ਚੋਇਸ ਦੇ ਅੰਦਰ ਜੋ ਗਾਣਾ ਸਿਲੈਕਟ ਕਰਿਆ ਸੀ ਉਹ ਇਹਨਾਂ ਦੀ, ਮਤਲਬ ਮੇਰੇ ਹਿਸਾਬ ਨਾਲ ਉਹ ਸੂਟੇਬਲ ਨਹੀਂ ਸੀਗਾ ਇਹਨਾਂ ਦੇ ਲਈ, ਵੋਇਸ ਟੂਨ ਨੂੰ ਸੂਟ, ਹਾਂ ਸੂਟ ਨਹੀਂ ਕਰਦਾ ਸੀ। ਅਤੇ ਫੋਕ 'ਚ ਵੀ ਇਹਨਾਂ ਨੇ ਉਹ ਕਰਿਆ, ਪਰ ਉਸ ਤੋਂ ਇਲਾਵਾ ਹੋਰ ਵੀ ਕਿਤੇ ਕਿਤੇ ਸੁਰ ਥੋੜ੍ਹਾ ਜਿਹਾ ਉਡਾਰੀ ਮਾਰ ਜਾਂਦਾ ਸੀ ਕਿਸੇ ਕਿਸੇ ਜਗ੍ਹਾ 'ਤੇ, ਬਹੁਤ ਜ਼ਿਆਦਾ ਨਹੀਂ, ਥੋੜ੍ਹਾ ਥੋੜ੍ਹਾ ਜਿਹਾ। ਤੋ ਮੇਰੇ ਹਿਸਾਬ ਨਾਲ ਜੋ ਬੰਦਾ ਇੰਨਾ ਵਧੀਆ ਸਿੰਗਰ ਹੈ ਸੁਰ ਦੇ ਮਾਮਲੇ 'ਚ, ਤਾਂ ਉਹਨੂੰ ਕਿਤੇ ਵੀ ਲੂਜ਼ ਹੋਣਾ ਹੀ ਨਹੀਂ ਚਾਹੀਦਾ ਗਾਣੇ 'ਚ, ਅਦਰਵਾਈਜ਼ ਹੀ ਇਜ਼ ਅ ਬ੍ਰਿਲੀਅੰਟ ਸਿੰਗਰ। ਓਕੇ, ਬਹੁਤ ਅੱਛਾ। ਸੋ ਬਹੁਤ ਅੱਛੇ ਵਿਊਜ਼ ਸਾਡੇ ਜਿਊਰੀ ਮੈਂਬਰਸ ਦੇ, ਮਾਸ਼ਾ ਦੇ ਵੋਇਸ ਕਲਚਰ ਤੋਂ, ਵੋਇਸ ਟੋਨ ਤੋਂ, ਉਸਦੇ ਗਾਇਕੀ ਦੇ ਅੰਦਾਜ਼ ਤੋਂ ਬਹੁਤ ਇੰਪ੍ਰੈਸ ਹੋਏ ਨੇ। ਔਰ ਸਾਡੇ ਅਗਲੇ ਪਾਰਟੀਸੀਪੈਂਟ ਧਰਮਵੀਰ। ਸੋ ਕੁਆਟਰ ਫਾਈਨਲ ਰਾਊਂਡ ਦੇ ਵਿੱਚ ਕਿਹੋ ਜਿਹਾ ਪਰਫਾਰਮ ਕੀਤਾ ਧਰਮਵੀਰ ਨੇ, ਆਓ ਵੇਖਦੇ ਹਾਂ ਇੱਕ ਨਜ਼ਰ। ਮੇਰੇ ਗੁੱਡੀਆਂ ਪਟੋਲੇ ਪਿੱਛੋਂ ਵੇਖ ਵੇਖ ਰੋਵੀ, ਮੇਰੇ ਗੁੱਡੀਆਂ ਪਟੋਲੇ ਘਰ ਪਿੰਡ ਨੂੰ ਹੈ ਨੀ, ਘਰ ਪਿੰਡ ਨੂੰ, ਘਰ ਪਿੰਡ ਨੂੰ ਹੀ ਮਿੰਟ ਚ ਉਡਾਨ ਟੁੱਟਿਆ ਨੀ, ਤੇ ਤੱਕਦੇ ਗੋਰੀਏ ਤੱਕਦੇ ਗੋਰੀਏ, ਹੰਝੂਆਂ ਦੇ ਵਿੱਚ ਗਮ ਨੂੰ ਪਾ ਕੇ ਪੀੜਾ ਸਿੱਖਦਾ ਹੈ। ਗਾ ਗਾਉਂਦੇ ਹੈਗੇ ਜੀ, ਵਿਸ਼ਵਾਸ ਤਾਂ ਜੀ ਪੂਰਾ ਹੈ, ਉਹਨਾਂ ਨੂੰ ਫਿਕਰ ਹੈਗੀ ਆ, ਉਹਨਾਂ ਦੀ ਜ਼ਿਆਦਾ ਫਿਕਰ ਤਾਂ ਸਾਨੂੰ ਹੈਗੀ ਜੀ। ਅਤੇ ਹੁਣ ਵਾਰੀ ਜਿਊਰੀ ਮੈਂਬਰਸ ਦੀ। ਹਾਂਜੀ ਹੰਸ ਜੀ, ਬਹੁਤ ਅੱਛਾ ਗਾਉਂਦਾ ਹੈ ਧਰਮਵੀਰ, ਇਹਨਾਂ ਨੇ ਦੱਸ ਦਿੱਤਾ ਬੜਾ। ਉਸ ਦਿਨ ਇਹਨਾਂ ਨੂੰ ਜ਼ੁਕਾਮ ਦੀ ਜਾਂ ਕੋਲਡ ਉਹ ਥੋੜ੍ਹਾ ਜਿਹਾ ਹੋਇਆ ਸੀ, ਜਦੋਂ ਇੱਦਾਂ ਦੀ ਪ੍ਰੋਬਲਮ ਹੋਵੇ ਉਦੋਂ ਬੇਟਾ ਉਹ ਗਾਣਾ ਨਾ ਲਓ ਜਿਹ 'ਚ ਅੰਬ ਆਉਂਦਾ ਹੈ, ਨਿੰਬੂ ਆਉਂਦਾ ਹੈ, ਅੰਗੂਰ ਆਉਂਦੇ ਨੇ, ਜਿਹ 'ਚ ਮਤਲਬ ਅੰਗੇ ਦੀ ਜਿਹੜੀ ਸਾਊਂਡ ਹੈ ਨਾ, ਐਨ ਅਤੇ ਅੰਗਾ ਮਿਲਾ ਕੇ ਜਿੱਦਾਂ ਅੰਬ, ਅਤੇ ਕਿੱਡੇ ਸੋਹਣੇ ਅੰਬ ਮਾਈਆ, ਉਸ ਦਿਨ ਆਪਾਂ ਨਹੀਂ ਕਹਿ ਸਕਦੇ, ਉਹਦਾ ਅੰਬ ਕਹਾਂਗੇ, ਗੂੜ ਲਿਆਓ, ਲਿੰਬੂ ਪਾ ਦਿਓ, ਇਹ ਸੀ। ਪਰ ਇਹਨਾਂ ਸਾਰੀਆਂ ਗੱਲਾਂ 'ਚੋਂ ਇਹ ਗੱਲਾਂ ਬੇਸ਼ੱਕ ਇਹਦੇ ਬਾਵਜੂਦ ਦੱਸਦਾ ਗਵੱਈਆ ਕਿ ਮੈਂ ਗਵੱਈਆ, ਉਹਦੇ ਵਿੱਚ ਬਹੁਤ ਸਾਰੇ ਸੈਕਸ਼ਨ ਸਾਨੂੰ ਇਹ ਦਿੱਤੇ ਗਏ ਨੇ ਅਲੱਗ ਅਲੱਗ, ਜਿੱਦਾਂ ਵੋਇਸ ਦੇਖਣੀ ਹੁੰਦੀ ਆ, ਸੁਰ ਆ, ਫੀਲਿੰਗ ਆ, ਪਰਫੋਰਮੈਂਸ ਆ, ਪਰਸਨੈਲਿਟੀ ਆ, ਉਹ ਸਾਰੇ ਸਮੁੱਚੀ ਗੱਲ ਨੂੰ ਦੇਖਦੇ ਹੋਏ ਅਸੀਂ ਨੰਬਰ ਦਿੰਦੇ ਹਾਂ, ਅਤੇ ਅਜੇ ਥੋੜ੍ਹਾ ਗੁਪਤ ਆ ਕੰਮ। ਜਸਪਿੰਦਰ ਜੀ, ਮੈਂ ਇਹੋ ਹੀ ਕਹਿ ਰਹੀ ਸੀ ਅਤੇ ਹੰਸ ਜੀ ਨੇ ਉਹ ਗੱਲ ਫੜੀ ਕਿ ਉਸ ਦਿਨ ਇਹਦੀ ਆਵਾਜ਼ ਜਿਹੜੀ ਸੀ ਉਹ ਥੋੜ੍ਹੀ ਜਿਹੀ ਨੇਜ਼ਲ, ਨੱਕ, ਹਾਂ ਨੱਕ 'ਚ ਸੀਗੀ, ਔਰ ਉਹ ਕਦੀ ਵੀ ਤਬੀਅਤ 'ਤੇ
ਹੋ ਸਕਦੀ ਇੱਦਾਂ ਖਰਾਬ ਔਰ ਇਹ ਲੋਕ ਬੱਚੇ ਦੇ ਆਰ ਨਾਟ ਯੂਜ਼ ਟੂ ਪ੍ਰੋਬਬਲੀ ਦ ਕਲਾਈਮੇਟ ਕੇ ਬਾਹਰ ਗਰਮੀ ਹੈ ਅੰਦਰ ਹਾਂਜੀ ਸੋ ਇਸ ਕਰਕੇ ਥੋੜ੍ਹਾ ਜਿਹਾ ਸੀ ਬਾਕੀ ਇਹਨੇ ਬਹੁਤ ਅੱਛਾ ਪਰਫੋਰਮ ਕੀਤਾ ਕੋਸ਼ਿਸ਼ ਪੂਰੀ ਆਪਣੀ ਕੋਨਫੀਡੈਂਸ ਨਾਲ ਗਾਇਆ ਘਬਰਾਇਆ ਨਹੀਂ ਮੈਨੂੰ ਨਹੀਂ ਲੱਗਦਾ ਇਹਦੇ ਬਾਵਜੂਦ ਵੀ ਨਹੀਂ ਘਬਰਾਇਆ ਔਰ ਬਨਿਸਬਤ ਕੇ ਗਲਾ ਖਰਾਬ ਲੇਕਿਨ ਵੈਰੀ ਗੁੱਡ ਬਹੁਤ ਅੱਛਾ ਔਰ ਅੱਗੇ ਵੀ ਇੱਦਾਂ ਹੀ ਕਰੋ ਬੇਟੇ ਸਚਿਨ ਇੱਕ ਤਾਂ ਬਹੁਤ ਜਗ੍ਹਾ ਹੈ ਇਹ ਹਰਕਤ ਇਰਾਦਾ ਲੈਣ ਦੀ ਕੋਸ਼ਿਸ਼ ਕਰਦੇ ਆ ਲਏ ਵੀ ਹੈ ਇਹਨਾਂ ਨੇ ਪਰ ਉਹ ਉਹਦੇ ਅੰਦਰ ਕੱਚਾਪਨ ਹਲੇ ਮੈਨੂੰ ਨਜ਼ਰ ਆ ਰਿਹਾ ਥੋੜ੍ਹਾ ਥੋੜ੍ਹਾ ਉਸ ਚੀਜ਼ ਦੀ ਮੈਚਿਓਰਿਟੀ ਹੋਣੀ ਚਾਹੀਦੀ ਹੈ ਜੋ ਤੁਸੀਂ ਮੁਰਕੀ ਲੈ ਰਹੇ ਹੋ ਜਾਂ ਖਟਕਾ ਲੈ ਰਹੇ ਹੋ ਜਾਂ ਤਾਂ ਨਾ ਲਓ ਜਾਂ ਤਾਂ ਪੂਰਾ ਇੱਕਦਮ ਕਾਇਮ ਹੋ ਕੇ ਲਓ ਤੁਹਾਡੇ ਗਲੇ 'ਚ ਉਹ ਗੱਲਬਾਤ ਹੈ ਕਿ ਤੁਸੀਂ ਉਹ ਸਭ ਕਰ ਸਕਦੇ ਹੋ ਉਹ ਚੀਜ਼ ਹੈ ਪਰ ਉਹਨੂੰ ਹੋਰ ਪਕਾਓ ਪਰਫੈਕਟ ਕਰੋ ਉਹਨੂੰ ਅਦਰਵਾਈਜ਼ ਟੋਨ ਠੀਕ ਹੈ ਇਹਨਾਂ ਦੀ ਟੋਨ ਅੱਛੀ ਹੈ ਬਾਕੀ ਗਾਣੇ ਵੀ ਇਹਨਾਂ ਨੇ ਅੱਛੇ ਹੀ ਗਾਏ ਹੈ ਅਤੇ ਥੋੜ੍ਹਾ ਜਿਹਾ ਪ੍ਰੋਨਾਂਸੀਏਸ਼ਨ ਅਤੇ ਡਿਕਸ਼ਨ 'ਤੇ ਜੋ ਹੈ ਕੰਮ ਕਰੋ ਅਦਰਵਾਈਜ਼ ਬੱਲੇ ਬੱਲੇ ਕਿਉਂਕਿ ਮੁਕਾਬਲਾ ਇਹਨਾਂ ਚਾਰਾਂ ਦੇ ਵਿੱਚ ਸੀ ਬਹੁਤ ਸਖਤ ਸਭ ਨੇ ਵਧੀਆ ਸਭ ਸੁਰੀਲੇ ਸੀ ਸਭ ਨੇ ਬੜੀ ਮਿਹਨਤ ਕੀਤੀ ਹੋਈ ਸੀ ਗਾਣਿਆਂ ਦੀ ਸਿਲੈਕਸ਼ਨ ਅੱਛੀ ਸੀ ਸੋ ਜੂਰੀ ਮੈਂਬਰਸ ਲਈ ਵੀ ਔਖਾ ਫੈਸਲਾ ਹੈ ਕਿਉਂਕਿ ਧਰਮਵੀਰ ਨੇ ਵੀ ਬਹੁਤ ਅੱਛਾ ਗਾਇਆ ਔਰ ਅਗਲੇ ਪਾਰਟੀਸੀਪੈਂਟ ਸਾਡੇ ਵਜ਼ੀਰ ਸਾਗਰ ਕਿਹੋ ਜਿਹਾ ਗਾਇਆ ਵਜ਼ੀਰ ਸਾਗਰ ਨੇ ਕੁਆਟਰ ਫਾਈਨਲ ਰਾਊਂਡਸ ਦੇ ਵਿੱਚ ਤੁਸੀਂ ਆਪ ਵੇਖੋ ਰੱਬਾ ਮੇਰੇ ਹਾਲ ਦਾ ਮੈਂ ਤੂੰ ਰਹੇ ਕੋਈ ਬੇਲੀਏ ਮਿੱਠੀਏ ਜੋ ਗਾਨ ਦੀਏ ਤੇਰਾ ਹਰ ਕੋਈ ਬੇਲੀਏ ਥੋੜੀ ਸਾਡਾ ਹੋ ਸਾਡੇ ਨਾਲ ਮੁਕੱਦਰ ਗਏ ਸਾਡੇ ਨਾਲ ਮੁਕੱਦਰ ਲੱਗਦਾ ਲੜੇਰ ਸਾਨੂੰ ਤਾਂ ਲੱਗਦਾ ਉਹ ਰਿਆਜ਼ ਅੱਛਾ ਕਰਦਾ ਰਿਹਾ ਦਿਨ ਰਾਤ ਉਹਨੂੰ ਮਿਹਨਤ ਕੀਤੀ ਆ ਔਰ ਦਿਲ 'ਤੇ ਅੱਛਾ ਜਾਣਾ ਚਾਹੀਦਾ ਹੁਣ ਪੁੱਛਦੇ ਹਾਂ ਜਿਊਰੀ ਮੈਂਬਰਸ ਨੂੰ ਕਿ ਕਿਸ ਤਰ੍ਹਾਂ ਦੀ ਇਹ ਵਜ਼ੀਰ ਦੀ ਗਾਇਕੀ ਵਜ਼ੀਰ ਬਹੁਤ ਉਮਦਾ ਸਿੰਗਰ ਹੈ ਬਹੁਤ ਅੱਛੇ ਸਿੰਗਰ ਨੇ ਪਰ ਇਹਨਾਂ ਦੀਆਂ ਬਹੁਤ ਸਾਰੀਆਂ ਕਮੀਆਂ ਵੀ ਹੈਗੀਆਂ ਜੋ ਮੇਰੇ ਖਿਆਲ ਮੈਨੂੰ ਲੱਗਦਾ ਜਿੰਨੀ ਕੁ ਮੈਨੂੰ ਸਮਝ ਹੈ ਉਹਦੇ ਹਿਸਾਬ ਨਾਲ ਮੈਂ ਦੱਸਣਾ ਚਾਹਾਂਗਾ ਇਹਨਾਂ ਨੂੰ ਕਿ ਆਈਡਲ ਬਣਾਉਣਾ ਅੱਛੀ ਗੱਲ ਹੈ ਉਹਨਾਂ ਤੋਂ ਇੰਸਪੀਰੇਸ਼ਨ ਲੈਣਾ ਅੱਛੀ ਗੱਲ ਹੈ ਉਹਨਾਂ ਦੇ ਨਕਸ਼ੇ ਕਦਮ 'ਤੇ ਚੱਲਣਾ ਬਹੁਤ ਅੱਛੀ ਗੱਲ ਹੈ ਪਰ ਬਹੁਤ ਜ਼ਿਆਦਾ ਕਾਪੀ ਕਰਨਾ ਮੈਨੂੰ ਨੁਕਸਾਨਦੇਹ ਇਹਨਾਂ ਲਈ ਫਿਊਚਰ ਲਈ ਹੋ ਸਕਦਾ ਹੈ ਕਿਉਂਕਿ ਜਦੋਂ ਇਹ ਪ੍ਰੋਫੈਸ਼ਨਲੀ ਮਾਰਕੀਟ 'ਚ ਲਾਂਚ ਹੋਣਗੇ ਉਸ ਵੇਲੇ ਇਹਨਾਂ ਦੀ ਜੋ ਸਿੰਗਿੰਗ ਹੈ ਉਹਦਾ ਇੱਕ ਆਪਣਾ ਉਹ ਹੋਣਾ ਚਾਹੀਦਾ ਸਟਾਈਲ ਓਰਿਜਨੈਲਿਟੀ ਓਰਿਜਨੈਲਿਟੀ ਜਿਹੜੀ ਹੈ ਮੈਨੂੰ ਇਹਨਾਂ ਦੇ ਅੰਦਰ ਥੋੜ੍ਹੀ ਜਿਹੀ ਮਿਸਿੰਗ ਲੱਗੀ ਗਾਇਕੀ ਬਹੁਤ ਅੱਛੀ ਹੈ ਓਰਿਜਨੈਲਿਟੀ ਹੋਣੀ ਬਹੁਤ ਜ਼ਰੂਰੀ ਹੈ ਜਸਪਿੰਦਰ ਜੀ ਵਜ਼ੀਰ 'ਚ ਮੈਨੂੰ ਇੱਕੋ ਔਰ ਬਹੁਤ ਖਾਸ ਕਮੀ ਜਿਹੜੀ ਲੱਗੀ ਹੈ ਇਹ ਜ਼ਰੂਰਤ ਤੋਂ ਜ਼ਿਆਦਾ ਕਮਜ਼ੋਰ ਹੈ ਇੱਕੋ ਗੱਲ ਕਹਾਂਗੀ ਕਿ ਜੇ ਇਹ ਕੁੜੀ ਹੁੰਦਾ
ਤੇ ਬੜਾ ਬੜੀ ਖੂਬਸੂਰਤ ਕੁੜੀ ਹੋਣੀ ਸੀ, ਫਿਗਰ ਬਣਾਉਣ ਦੀ ਲੋੜ ਨਹੀਂ ਸੀ। ਮਾਸ਼ਾ ਅੱਲਾਹ ਰੱਬ ਨੇ ਆਪਣੇ ਆਪ ਹੀ ਕੰਮ ਕੀਤਾ ਹੋਇਆ, ਪੂਰਾ ਸਲਿਮ ਟ੍ਰਿਮ ਬਿਲਕੁਲ, ਔਰ ਕੋਈ ਵਰਕਆਊਟ ਕਰਨ ਦੀ ਲੋੜ ਨਹੀਂ, ਡਾਇਟਿੰਗ ਦੀ ਲੋੜ ਨਹੀਂ ਸੀ ਪੈਣੀ। ਗਵੱਈਏ ਨੂੰ ਜਿਹੜਾ ਆ ਉਹ ਜ਼ਰਾ ਥੋੜ੍ਹਾ ਤੰਦਰੁਸਤ ਵੀ ਹੋਣਾ ਚਾਹੀਦਾ, ਯਾਨੀ ਔਰ ਖਾਸ ਕਰਕੇ ਇਹ ਤੰਦਰੁਸਤੀ ਜ਼ਰੂਰੀ ਹੈ ਗਾਣੇ ਦੇ ਵਿੱਚ। ਤੁਸੀਂ ਬਹੁਤ ਬਹੁਤ ਹੀ ਬਹੁਤ ਸੋਹਣਾ ਗਾਉਂਦੇ ਹੋ, ਬਹੁਤ ਮਿਠਾਸ ਹੈ, ਬਹੁਤ ਤਿਆਰੀ ਹੈ, ਔਰ ਸੁਰ ਵਿੱਚ ਹੋ, ਲੈਅ ਵਿੱਚ ਹੋ, ਅੱਛੇ ਕਲਾਕਾਰ ਹੋ, ਲੇਕਿਨ ਆਵਾਜ਼ ਦੇ ਵਿੱਚ ਇਤਨੀ ਥੋੜ੍ਹੀ ਜਿਹੀ ਬੋਲਡਨੈਸ ਚਾਹੀਦੀ ਹੈ, ਪਾਵਰ ਚਾਹੀਦੀ ਹੈ, ਸੋਫਟਨੈਸ ਦੀ ਜਗ੍ਹਾ। ਉਹ ਗਾਣੇ ਕੋਈ ਗਾਣੇ ਹੁੰਦੇ ਆ ਸੋਫਟਨੈਸ ਵਾਲੇ, ਉੱਥੇ ਠੀਕ ਹੈ, ਜਿੱਥੇ ਬੋਲਡ ਗਾਣੇ ਹੋਣਗੇ ਫਿਰ ਕੀ ਕਰੋਗੇ। ਹੁਣ ਜਿਵੇਂ ਦਿਲ ਚੋਰੀ ਸਾਡਾ ਹੋ ਗਿਆ, ਕੀ ਕਰੀਏ ਕੀ ਕਰੀਏ, ਉਹ ਇੱਦਾਂ ਕੀ ਕਰੀਏ ਹੋ ਗਿਆ ਸੀ, ਬਿਲਕੁਲ ਮਰ ਗਏ ਸੀ, ਰਾਈਟ? ਸੋ ਬਿਲਕੁਲ ਨਹੀਂ, ਕੋਈ ਇਹੋ ਜਿਹਾ ਕੰਮ ਹੋਵੇ ਤਾਂ ਸ਼ੁਕਰ ਕਰਨਾ ਚਾਹੀਦਾ, ਖੁਸ਼ੀ ਦਾ ਮੁਕਾਮ ਹੈ ਨਾ, ਦਿਲ ਚੋਰੀ ਹੋ ਗਿਆ। ਹਾਂ, ਲੇਕਿਨ ਉਹ ਇਹਨਾਂ ਦਾ ਇਹ ਵੈਸੇ ਵੀ ਦਿਲ ਕਮਜ਼ੋਰ ਹੈ ਅਤੇ ਇਹਨਾਂ ਨੂੰ ਤਾਂ ਹੀ ਡਰ ਜ਼ਿਆਦਾ ਲੱਗ ਰਿਹਾ ਸੀ ਵੀ ਚੋਰੀ ਹੋ ਗਿਆ ਤਾਂ ਕੀ ਹੋਏਗਾ। ਹਾਂ, ਬਟ ਰੱਬ ਕਰੇ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਪਰਮਾਤਮਾ, ਔਰ ਇਹ ਹੋਰ ਵੀ ਅੱਛਾ ਗਾਣ। ਆਲ ਦਾ ਬੈਸਟ। ਹਾਂਜੀ ਹਾਂਜੀ, ਜਿਹੜੀ ਸੋਫਟਨੈਸ, ਸਵੀਟਨੈਸ, ਮੈਲੋਡੀ, ਤਿਆਰੀ, ਲੈ ਔਰ ਸੁਰ, ਇਹ ਜਿਹੜੇ ਇੱਕ ਸਿੰਗਰ ਵਿੱਚ ਹੋਣੇ ਚਾਹੀਦੇ ਆ, ਇਹਦੇ ਲਈ ਕਮਜ਼ੋਰੀ ਫਾਇਦੇਮੰਦ ਹੋ ਗਈ। ਕੋਈ ਭਲਵਾਨਾ ਅੰਗ ਸੁਰ ਲਾਉਂਦਾ, ਸੋਨੇ ਦੀ ਇੱਟ ਮਾਇਆ ਹੋ, ਅਤੇ ਕੋਈ ਸੋਫਟ ਲਾਉਂਦਾ, ਸੋਨੇ ਦੀ ਇੱਟ ਮਾਇਆ ਸੋਨੇ, ਪਰ ਇਹ ਸਾਰੇ ਗੀਤਾਂ 'ਚ ਨਹੀਂ ਚੱਲੇਗਾ। ਹੁਣ ਕਲੀ ਗਾਉਣੀ ਪੈ ਜਾਏ ਜਾਂ ਵਾਰ ਗਾਉਣੀ ਪੈ ਜਾਏ, ਉਹਦੇ ਵਿੱਚ ਜੀਦਾਰੀ ਨਾ, ਪਰ ਇਹਦੇ ਜਿਹੜੀ ਮੇਰੀ ਡਿਊਟੀ ਹੈ ਉਹ ਚੰਗੀਆਂ ਚੀਜ਼ਾਂ ਵੇਖਣ ਲਈ ਹੈ। ਇਹ ਬੰਦਾ ਸਿੰਗਰ ਹੈ, ਸਿੰਗਰ ਆ, ਸਭ ਤੋਂ ਵੱਡੀ ਗੱਲ ਇਹ ਆ ਕਿ ਇਹ ਸਿੰਗਰ ਆ। ਉਸ ਦਿਨ ਕੋਈ ਦਿਨ ਹੀ ਚੰਗਾ ਸੀ, ਇਹ ਬੈਜ ਇਹੋ ਜਿਹਾ ਸੀ ਕਿ ਅਸੀਂ ਮੁਸ਼ਕਿਲ ਸਖਤੇ ਵਿੱਚ ਪੈ ਗਏ, ਚੜ੍ਹਦੇ ਤੋਂ ਚੜ੍ਹਦੇ ਸੀ ਸਾਰੇ। ਬਿਲਕੁਲ, ਹਾਂਜੀ, ਬਹੁਤ ਅੱਛਾ ਸੀ। ਸੋ ਇਹ ਬਹੁਤ ਵੱਡੀ ਗੱਲ ਹੈ ਕਿ ਇੰਨੇ ਵੱਡੇ ਫਨਕਾਰਾਂ ਨੇ ਇਹ ਮੰਨਿਆ ਕਿ ਬਹੁਤ ਹੀ ਸੁਰੀਲਾ ਹੈ, ਔਰ ਸਭ ਤੋਂ ਵੱਡੀ ਗੱਲ ਉਹ ਕਹਿੰਦੇ ਵੀ ਇਹ ਸਹੀ ਮਾਇਨੇ ਦੇ ਵਿੱਚ ਸਿੰਗਰ ਹੈ। ਸੋ ਉਸ ਦੇ ਨਾਲ ਨਾਲ ਵਕਤ ਦੇ ਨਾਲ ਨਾਲ ਹਰ ਚੀਜ਼ ਪੋਲਿਸ਼ ਹੁੰਦੀ ਰਹਿੰਦੀ, ਔਰ ਇਹ ਜਿਹੜੀ ਉਮਰ ਦੇ ਮੁਕਾਮ 'ਤੇ ਨੇ ਅਜੇ ਤਾਂ ਇਹਨਾਂ ਦੀ ਸ਼ੁਰੂਆਤ ਹੈ। ਸੋ ਇਸ ਤੋਂ ਬਾਅਦ ਸਾਡੇ ਲਾਸਟ ਪਾਰਟੀਸੀਪੈਂਟ ਸਨ ਵਿਪਿਨ ਗਿੱਲ। ਕੁਆਟਰ ਫਾਈਨਲ ਰਾਊਂਡਸ ਦੇ ਵਿੱਚ ਵਿਪਿਨ ਦੀ ਪਰਫਾਰਮੈਂਸ ਕਿਹੋ ਜੀ ਸੀ, ਆਓ ਦੇਖਦੇ ਹਾਂ। ਕਹਿਰਾਂ ਦੀ ਮਹਿਲੀ ਸਜ ਗਈਏ ਤੂੰ, ਹੁਸਨ ਦੀਏ ਤਸਵੀਰੇਂ, ਕਹਿਰਾਂ ਦੀ ਮਹਿਲੀ ਸਜ ਗਈਏ ਤੂੰ, ਹੁਸਨ ਦੀਏ ਤਸਵੀਰੇਂ, ਮਾਏ ਮੇਰੀਏ ਸਾਂਭ ਲੈ ਗੁੱਡੀਆਂ ਪਰੂਰੇ, ਨੀ ਮਾਏ ਮੇਰੀਏ ਸਾਂਭ ਲੈ ਗੁੱਡੀਆਂ ਪਟੋਲੇ, ਕਾਸ਼ਨੀ ਦੁਪੱਟੇ ਵਾਲੀ ਗਏ ਸੀਨੇ ਵਿੱਚ, ਹਾਨੀ ਸੀਨੇ ਵਿੱਚ ਠੰਡ ਪੈਣ ਦੇ, ਹਾਨੀ ਸੀਨੇ ਵਿੱਚ ਠੰਡ ਪੈਣ ਦੇ, ਜਿਹਦਾ ਨਾ ਇਲਾਜ ਕੋਈ ਉਹ ਰੋਗ ਲਾਇਆ, ਰੱਬਾ ਦੁਖੀ ਦਿਲ ਮੇਰਾ ਕਾਹਦੇ ਲਈ ਬਣਾਇਆ। ਸੋ ਇਸ
ਸੀ ਵਿਪਿਨ ਜਿਨ੍ਹਾਂ ਨੇ ਗਾਇਆ ਕੁਆਟਰ ਫਾਈਨਲ ਰਾਊਂਡਸ ਦੇ ਵਿੱਚ ਅਤੇ ਹੁਣ ਵਾਰੀ ਜਿਊਰੀ ਮੈਂਬਰਸ ਦੀ। ਹਾਂਜੀ ਹਾਂਜੀ, ਸਭ ਤੋਂ ਜ਼ਿਆਦਾ ਪ੍ਰਭਾਵਿਤ ਇਹਨਾਂ ਨੇ ਕੀਤਾ ਵਿਪਿਨ ਗਿੱਲ ਸਾਹਿਬ ਨੇ। ਇਹ ਕਮਾਲ ਆਰਟਿਸਟ ਹੈ, ਜਰਾ ਮੁਸਕਰਾਓ, ਤੁਹਾਡੇ ਬਾਰੇ ਚੰਗੀ ਗੱਲ ਕਰ ਰਹੇ। ਟੈਨਸ਼ਨ ਹੋਈ ਹੋਈ ਵਿਪਿਨ ਨੂੰ ਨਹੀਂ, ਕੁਛ ਲੋਕ ਆਪਣੀ ਬਾਡੀ ਅਤੇ ਜ਼ਿਹਨ ਨਾਲ ਇੱਕੋ ਹੀ ਕੰਮ ਕਰਦੇ ਨੇ। ਇਹ ਪਹਿਲਾ ਆਰਟਿਸਟ ਮੈਂ ਦੇਖਿਆ, ਇੱਥੋਂ ਕੁਛ ਹੋਰ ਕਰ ਰਿਹਾ, ਇੱਥੋਂ ਕੁਛ ਹੋਰ ਕਰ ਰਿਹਾ, ਗੋਡਿਆਂ ਤੋਂ ਕੁਛ ਹੋਰ ਕਰੀ ਜਾ ਰਿਹਾ। ਮਤਲਬ ਇੰਨੇ ਫੰਕਸ਼ਨ ਇਹਦੇ ਕੰਮ ਕਰ ਰਿਹਾ ਸੀ, ਐਕਟਿਵਨੈਸ ਜਿਹੜੀ ਸੀ। ਅਤੇ ਮੈਨੂੰ ਤਾਂ ਕਹਿਣਾ ਪਿਆ ਕਿ ਮਤਲਬ ਇਹ ਪਰਫੋਰਮਰ ਅੱਛਾ ਹੋ ਸਕਦਾ। ਗਾਣਾ ਇਹਨਾਂ ਨੇ ਕੰਪੋਜੀਸ਼ਨ ਗਾਈ ਆ ਲਾਸਟ ਵਾਲੇ ਰਾਊਂਡ ਵਿੱਚ ਉਸ ਦਿਨ, ਉਹ ਕਮਾਲ ਬੰਦਿਸ਼ ਸੀਗੀ। ਔਰ ਸਕੇਲ ਜਿਹੜਾ ਰੱਖ ਲਿਆ ਸੀ, ਜਾਨ ਕੱਢਣ ਵਾਲਾ ਸਕੇਲ ਸੀ, ਮੈਨੂੰ ਲੱਗਾ ਕਿ ਇਹ ਨਿਭਾ ਨਹੀਂ ਸਕੇਗਾ। ਬੜੇ ਬਾਖੂਬੀ ਇਹਨੇ ਜੀਦਾਰੀ ਨਾਲ ਗਾਇਆ, ਮੇਰਾ ਖਿਆਲ ਐਮ ਆਈ ਰਾਈਟ? ਸੋ ਇਹ ਬੰਦਾ ਵੀ ਕਮਾਲ ਹੈ। ਹਾਂਜੀ ਜਸਵਿੰਦਰ ਜੀ, ਮੈਂ ਤਾਂ ਇਹੋ ਕਹਾਂਗੀ ਕਿ ਕਮਾਲ ਦੀ ਗੱਲ ਤਾਂ ਐਵੇਂ ਕਿ ਜਿੰਨਾ ਗਲਾ ਹਿੱਲ ਰਿਹਾ ਸੀ ਉਨੀਆਂ ਹੀ ਲੱਤਾਂ ਹਿੱਲ ਰਹੀਆਂ ਸੀ। ਅਤੇ ਇੱਕ ਖਾਸ ਗੱਲ ਹੰਸ ਜੀ ਨੇ ਕਹੀ ਸੀ ਕਿ ਗੋਡਿਆਂ ਦਾ ਓਪਰੇਸ਼ਨ ਜਿਹੜਾ ਉਹ ਜ਼ਰੂਰ ਕਰਾ ਕੇ ਦੱਸਣਾ। ਉਹ ਵੀ ਮਜ਼ਾ ਅਸੀਂ ਲੈ ਰਹੇ ਸੀ ਕਿਉਂਕਿ ਇਹਨਾਂ ਦੇ ਜਿਹੜਾ ਹਾਵ ਭਾਵ ਸੀ ਉਹ ਦੇਖ ਕੇ ਨਾ ਇੱਦਾਂ ਲੱਗਦਾ ਸੀ ਵੀ ਸ਼ਾਇਦ ਘੁੱਟਣਿਆਂ ਤੋਂ ਗਾਉਂਦੇ ਨੇ, ਕਿਉਂਕਿ ਉਸੇ ਤਰ੍ਹਾਂ ਹਿੱਲ ਰਹੇ ਸੀ ਉਹ ਵੀ ਗਲੇ ਦੇ ਸੁਰਾਂ ਦੇ ਨਾਲ ਨਾਲ। ਬਟ ਐਨੀਵੇ, ਮੈਂ ਤਾਂ ਇਹੋ ਕਹਾਂਗੀ ਕਿ ਮਿਹਨਤ ਦੀ ਲੋੜ ਹੋਰ ਵੀ ਹੈ, ਔਰ ਥੋੜ੍ਹਾ ਜਿਹਾ ਆਪਣੇ ਆਪ ਨੂੰ ਆਪਣੇ ਚੈੱਕ ਕਰੋ ਕਿ ਤੁਸੀਂ ਇੰਨੇ ਕੌਨਸ਼ੀਅਸ ਨਾ ਹੋਵੋ, ਨਰਵਸ ਨਹੀਂ ਹੋਣਾ, ਔਰ ਜੋ ਗਾਓ ਬਿਲਕੁਲ ਕੀ ਕਹਿੰਦੇ ਹੁੰਦੇ ਤੁਸੀਂ ਤੁਨ ਕੇ ਗਾਓ। ਹਾਂ, ਤੁਨ ਕੇ ਗਾਓ। ਅਤੇ ਬਾਕੀ ਅੱਜ ਜਿਹੜਾ ਸਮਾਂ ਚੱਲ ਰਿਹਾ ਨਾ ਟ੍ਰੈਂਡ, ਉਹਦੇ ਵਿੱਚ ਬੇਟਾ ਇਹਦੇ ਗੋਡਿਆਂ ਨੂੰ ਨਹੀਂ ਨਰਮ ਹੋਣ ਦੇਣਾ, ਗਲਾ ਬੇਸ਼ੱਕ ਕਿਤੇ ਮਾੜਾ ਮੋਟਾ ਹੋ ਜਾ, ਟ੍ਰੈਂਡ ਦੇ ਮੁਤਾਬਿਕ ਤੂੰ ਸੈੱਟ ਆ। ਹਾਂਜੀ ਸਚਿਨ, ਇੱਕ ਜ਼ਮਾਨਾ ਸੀ ਜਦੋਂ ਇੱਕ ਸਾਡੇ ਫਿਲਮ ਸਟਾਰ ਨੇ ਮਿਥੁਨ ਚੱਕਰਵਰਤੀ, ਉਹਨਾਂ ਨੂੰ ਗਰੀਬੋਂ ਕਾ ਅਮਿਤਾਬ ਕਿਹਾ ਜਾਂਦਾ ਤਾਂ ਮੈਂ ਇਸ ਮੁੰਡੇ ਦਾ ਨਾਂ ਰੱਖਿਆ ਗਰੀਬਾਂ ਦਾ ਸਲੀਮ ਖਾਂ। ਮੁੰਡਾ ਬਹੁਤ ਵਧੀਆ ਹੈ ਐਂਡ ਆਈ ਥਿੰਕ ਹੀ ਇਜ਼ ਗੋਇੰਗ ਟੂ ਬੀ ਅ ਵੈਰੀ ਗੁੱਡ ਪਰਫੋਰਮਰ। ਅਤੇ ਮੇਰੇ ਹਿਸਾਬ ਨਾਲ ਇਹਨਾਂ ਨੂੰ ਆਪਣਾ ਗਾਣਾ ਜੋ ਹੈ ਹੋਰ ਕਾਇਮ ਕਰਨਾ ਚਾਹੀਦਾ। ਗਾਣੇ 'ਚ ਬਹੁਤ ਕਮੀਆਂ ਹੈ, ਹਾਲੇ ਸੁਰ 'ਚ ਬਹੁਤ ਕਮੀਆਂ ਹੈ, ਅਤੇ ਗਾਇਕੀ ਜਿਹੜੀ ਹੈ ਕੱਚੀ ਹੈ। ਕੋਸ਼ਿਸ਼ ਇਹ ਬਹੁਤ ਕਰਦਾ। ਲਾਸਟ ਗਾਣਾ ਜੇ ਜਿਵੇਂ ਲਾਸਟ ਗਾਣਾ ਗਾਇਆ ਨਾ ਇਹਨਾਂ ਨੇ, ਜੇ ਉੱਦਾਂ ਦੇ ਪਹਿਲਾਂ ਵੀ 3 ਗਾਣੇ ਗਾਏ ਹੁੰਦੇ ਤਾਂ ਬਹੁਤ ਕਮਾਲ ਦਾ ਕੰਮ ਹੁੰਦਾ ਇਹਨਾਂ ਦਾ। ਕਮਾਲ ਤਾਂ ਹੁਣ ਵੀ ਕਰੀ ਹੋਈ ਹੈ ਇਹਨਾਂ ਨੇ। ਅਤੇ ਮੇਰੇ ਹਿਸਾਬ ਨਾਲ ਜੇ ਆਪਣੀ ਗਾਇਕੀ ਨੂੰ ਬੁਲੰਦ ਕਰੋਗੇ ਬੱਲੇ ਬੱਲੇ ਹੋ ਜਾਏਗੀ। ਬਾਕੀ ਪੰਜਾਬੀ ਪ੍ਰਭੂ ਦੇਵਾ ਦਾ ਇਹਨੂੰ ਮੈਂ ਦੇ ਸਕਦਾ, ਕਿਉਂਕਿ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਕਿ ਜਿਊਰੀ ਮੈਂਬਰਸ ਨੂੰ ਜੇ ਐਂਟਰਟੇਨ ਕੀਤਾ ਹੈ ਤਾਂ ਉਹ ਵਿਪਿਨ ਨੇ ਕੀਤਾ ਸੀ, ਪਰ ਉਸਦੇ ਨਾਲ ਨਾਲ ਵਿਪਿਨ ਵਧੀਆ ਪਰਫੋਰਮਰ ਹੋ ਸਕਦੇ ਨੇ, ਗਾਇਕੀ ਉਹਨਾਂ ਦੀ ਅੱਛੀ ਹੈ, ਕੁਛ ਕਮੀਆਂ ਕਿਉਂਕਿ ਅਜੇ ਉਮਰ ਦੇ ਉਸ ਪੜਾਅ 'ਤੇ ਨੇ। ਮੈਂ ਪਹਿਲਾਂ ਵੀ ਦੱਸਿਆ ਕਿ ਅਜੇ ਸੰਘਰਸ਼ ਕਰਨਾ ਇਹਨਾਂ ਨੇ ਸ਼ੁਰੂ ਕੀਤਾ ਹੈ, ਪਰ ਲਾਸਟ ਵਾਲਾ ਗਾਣਾ ਜਿਹਦੇ ਨਾਲ ਪੂਰੇ ਜਿਊਰੀ ਮੈਂਬਰਸ ਜਿਹੜੇ ਸੀ ਉਹ ਬਹੁਤ ਇੰਪ੍ਰੈਸ ਹੋਏ ਨੇ। ਜੇ ਉਹ ਜੇ 3 ਰਾਊਂਡ ਪਹਿਲਾਂ ਗਾਏ ਹੁੰਦੇ ਤਾਂ ਬਹੁਤ ਹੀ ਕਮਾਲ ਹੋ ਜਾਣਾ ਸੀ, ਫਿਰ ਵੀ ਕਮਾਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਵਿਪਿਨ ਨੇ। ਇਹਨੇ ਸਾਡੇ 4 ਮੇਲ ਕੰਟੈਸਟੈਂਟਸ ਜੱਜਿਸ ਦੇ ਵਿਊ ਤੁਸੀਂ ਵੇਖੇ,
ਇਹਨਾਂ ਚਾਰਾਂ ਫਨਕਾਰਾਂ ਦੇ ਵਿੱਚੋਂ ਕਿਹਨੂੰ ਜਾਣਾ ਚਾਹੀਦਾ ਹੈ ਸੈਮੀਫਾਈਨਲ ਦੇ ਵਿੱਚ, ਤੁਹਾਨੂੰ ਜ਼ਰੂਰ ਦੱਸਾਂਗੇ। ਪਰ ਇਸ ਹਫ਼ਤੇ ਤੁਸੀਂ ਵੇਖਿਆ ਕਿ ਸਾਡੀਆਂ ਚਾਰ ਫੀਮੇਲ ਕੰਟੈਸਟੈਂਟ ਜਿਨ੍ਹਾਂ ਦੇ ਵਿੱਚ ਮੁਕਾਬਲਾ ਸੀ ਬਹੁਤ ਸਖਤ, ਇੱਕ ਵਾਰ ਫੇਰ ਕਰਨੇ ਆ ਉਹਨਾਂ ਨੂੰ ਤੁਹਾਡੇ ਰੂਬਰੂ। ਅਤੇ ਸਭ ਤੋਂ ਪਹਿਲਾਂ ਰਿੰਕਲ ਚੌਹਾਨ, ਕਿਹੋ ਜਿਹੀ ਪਰਫਾਰਮੈਂਸ ਸੀ ਰਿੰਕਲ ਚੌਹਾਨ ਦੀ ਕੁਆਟਰ ਫਾਈਨਲ ਰਾਊਂਡ ਦੇ ਵਿੱਚ? ਆਓ ਮੈਨੂੰ ਪੂਰੀ ਉਮੀਦ ਹੈ ਕਿ ਹੁਣ ਸੈਮੀਫਾਈਨਲ 'ਚ ਉਹਦੀ ਸਿਲੈਕਸ਼ਨ ਹੋ ਜਾਏਗੀ, ਔਰ ਮੈਂ ਗੋਡ ਨੂੰ ਵੀ ਇਹ ਪ੍ਰੇਅ ਕਰਦੀ ਹਾਂ ਕਿ ਉਹਦੀ ਹੋਣੀ ਚਾਹੀਦੀ ਹੈ, ਕਿਉਂਕਿ ਉਹ ਬਹੁਤ ਮਿਹਨਤ ਕਰਦੀ ਹੈ ਅਤੇ ਰੱਬ ਵੱਲੋਂ ਉਸਨੂੰ ਇਸਦਾ ਫਲ ਮਿਲਣਾ ਚਾਹੀਦਾ ਹੈ। ਮੇਰੀ ਇਹੀ ਉਹਦੇ ਰੱਬ ਅੱਗੇ ਦੁਆ ਹੈ ਕਿ ਉਹ ਸੈਮੀਫਾਈਨਲ ਤੱਕ ਪਹੁੰਚ ਜਾਵੇ। ਅਤੇ ਹੁਣ ਵਾਰੀ ਇਹ ਜਿਊਰੀ ਮੈਂਬਰਸ ਦੀ ਕਿ ਉਹ ਕੀ ਸੋਚਦੇ ਨੇ, ਕਿਹੋ ਜਿਹੀ ਇਹ ਰਿੰਕਲ ਦੀ ਗਾਇਕੀ। ਹਾਂਜੀ ਹਾਂਜੀ, ਰਿੰਕਲ ਨੇ ਬਹੁਤ ਅੱਛਾ ਗਾਇਆ, ਬੜਾ ਕੋਸ਼ਿਸ਼ ਕਰਦੀ ਸੀ ਸੁਰ 'ਚ, ਇੱਕ ਦੋ ਐਬ ਆਵਾਜ਼ ਵਿੱਚ ਜਿਹੜੇ ਆਮ ਤੌਰ 'ਤੇ ਦੇਖੇ ਜਾਂਦੇ ਆ, ਜਿਹੜਾ ਸਾਨੂੰ ਦੱਸਿਆ ਸਾਡੇ ਸਤਿਗੁਰਾਂ, ਉਹ ਇਹਨਾਂ ਨੂੰ ਵੀ ਜੋ ਸਾਡੇ ਖਿਆਲ 'ਚ ਆਇਆ ਉਸ ਦਿਨ ਵੀ ਦੱਸਿਆ ਸੀ ਕਿ ਆਵਾਜ਼ 'ਚ ਜਿਹੜੀ ਝੋਲ ਹੈ ਨਾ, ਆ ਇਹਦਾ ਡਿਸਿਪਲਨ ਹੈ। ਜੇ ਮੈਂ ਕਹਾਂ ਜਿੱਦਾਂ ਜਿੱਥੇ ਝੋਲ ਦੀ ਜ਼ਰੂਰਤ, ਜਿਵੇਂ ਸਾਰੇ ਗਾ ਮਾ ਪੈਦਾ, ਇਹ ਵੀ ਇੱਕ ਜਿਤਨੀ ਵਾਰੀ ਉਹ ਦੱਸਿਆ ਉਨੀ ਦੇਰ, ਜੇ ਉਹਨੂੰ ਸਾਰੇ ਗਾ ਮਾ ਪਾ, ਉਹ ਫਿਰ ਐਬ ਹੋ ਜਾਂਦਾ। ਚੰਗੀਆਂ ਗੱਲਾਂ, ਇਹ ਆਵਾਜ਼ ਲਈ ਬਹੁਤ ਝੋਲ ਬਹੁਤ ਵੱਡਾ ਐਬ ਆ, ਉਹ ਇਹਨਾਂ ਅਗਰ ਦੂਰ ਕਰ ਲੈਣ ਤਾਂ ਸ਼ੀ ਇਜ਼ ਗੁੱਡ ਸਿੰਗਰ, ਵੈਰੀ ਗੁੱਡ ਸਿੰਗਰ। ਬਿਲਕੁਲ ਠੀਕ, ਇਹ ਝੋਲ ਵਾਲੀ ਗੱਲ ਜਿਹੜੀ ਹੈਗੀ, ਇਹ ਅਸੀਂ ਜਿਹੜੀ ਆ ਉਹ ਕੱਢਣੀ ਹੈ ਆਵਾਜ਼ 'ਚੋਂ, ਔਰ ਇਹ ਤੁਸੀਂ ਆਪਣੇ ਆਪ ਨੂੰ ਚੈੱਕ ਕਰਨਾ, ਔਰ ਜਿੱਥੇ ਵੀ ਤੁਸੀਂ ਜਾਂਦੇ ਹੋ ਰਿਆਜ਼ ਕਰਦੇ ਹੋ, ਆਪਣੇ ਤੁਹਾਡੇ ਗੁਰੂ ਜੀ ਨੂੰ ਵੀ ਜ਼ਰੂਰ ਪਤਾ ਹੋਏਗਾ, ਔਰ ਉਸਨੂੰ ਕੋਸ਼ਿਸ਼ ਕਰੋ ਕਿ ਉਸਨੂੰ ਤੁਸੀਂ ਕੱਢੋ ਔਰ ਆਪਣੇ ਰਿਆਜ਼ 'ਤੇ ਧਿਆਨ ਦਿਓ। ਯੂ ਕੈਨ ਬੀ ਅ ਵੈਰੀ ਗੁੱਡ ਸਿੰਗਰ, ਯੂ ਆਰ ਅ ਵੈਰੀ ਗੁੱਡ ਸਿੰਗਰ। ਇਹਨਾਂ ਨੇ ਜਦੋਂ ਆਡੀਸ਼ਨਸ 'ਚ ਆਏ ਸੀਗੇ ਉਸ ਸਮੇਂ ਅੱਛਾ ਗਾਇਆ ਸੀ, ਇਹਨਾਂ ਦੀ ਉਸ ਦਿਨ ਦੀ ਪਰਫੋਰਮੈਂਸ ਮੈਨੂੰ ਇਹਨਾਂ ਦੇ ਕੈਲੀਬਰ ਤੋਂ ਥੋੜ੍ਹੀ ਜਿਹੀ ਘੱਟ ਲੱਗੀ, ਜਿੰਨਾ ਮੈਂ ਸੋਚਿਆ ਸੀ ਇਸ ਕੁੜੀ ਦੇ ਅੰਦਰ ਕੈਲੀਬਰ ਹੈ, ਔਰ ਮੇਰੇ ਖਿਆਲ ਹੈ ਉਹਨਾਂ ਕੈਲੀਬਰ, ਪਰ ਪਤਾ ਨਹੀਂ ਸਮਹਾਉ ਉਸ ਦਿਨ ਤੁਹਾਡੀ ਐਕਸਪੈਕਟੇਸ਼ਨ ਦੇ ਅਕੋਰਡਿੰਗਲੀ ਨਹੀਂ, ਥੋੜ੍ਹਾ ਜਿਹਾ ਘੱਟ ਰਹਿ ਗਿਆ ਕੰਮ। ਸ਼ੀ ਇਜ਼ ਅ ਗੁੱਡ ਸਿੰਗਰ, ਨੋ ਡਾਊਟ ਅਬਾਊਟ ਦੈਟ, ਜਸਵਿੰਦਰ ਜੀ ਨੇ ਵੀ ਕਿਹਾ ਇਸ ਗੱਲ ਨੂੰ, ਬਟ ਮੌਕੇ 'ਤੇ ਗਾਣਾ, ਜਦੋਂ ਮੌਕਾ ਹੈ ਜਿਸ ਕੰਪੀਟੀਸ਼ਨ 'ਚ ਤੁਸੀਂ ਆਏ ਹੋਏ ਹੋ,
ਜੇ ਤੁਸੀਂ ਉਸ ਦਿਨ ਨਹੀਂ ਅਪ ਟੂ ਦਾ ਮਾਰਕ ਪਰਫਾਰਮ ਕਰ ਰਹੇ ਤਾਂ ਉਹਦਾ ਕੋਈ ਸਵਾਦ ਨਹੀਂ ਹੈ। ਬਿਲਕੁਲ ਸਹੀ, ਠੀਕ ਹੈ ਨਾ। ਕਮੀਆਂ ਸੁਰ 'ਚ ਵੀ ਨੇ, ਆਪਣਾ ਲੈਕਾਰੀ 'ਚ ਨੇ ਵੀ, ਲੈਕਾਰੀ 'ਚ ਵੀ ਨੇ, ਅਤੇ ਉਹ ਦੂਰ ਕਰ ਲੈਣ। ਆਵਾਜ਼ ਇਹਨਾਂ ਦੀ ਬਹੁਤ ਅੱਛੀ ਹੈ, ਜੋ ਟੋਨ ਹੈ ਵੋਇਸ ਕਲਚਰ ਅੱਛਾ ਹੈ, ਅਤੇ ਇੰਪਰੂਵ ਕਰ ਲੈਣ ਤਾਂ ਅੱਛੀ ਗੱਲ ਹੈ। ਸਹੀ ਵਕਤ 'ਤੇ ਸਹੀ ਗੱਲ ਕਹੀ ਜਾਏ ਤਾਂ ਮੁੱਲ ਉਸੇ ਗੱਲ ਦਾ ਹੁੰਦਾ ਹੈ। ਸੋ ਉਸ ਦਿਨ ਤਵੱਕੋ ਬਾਤ ਸੀ ਸਚਿਨ ਨੂੰ, ਪਰ ਉਸ ਤਰੀਕੇ ਦਾ ਸ਼ਾਇਦ ਨਹੀਂ ਪਰਫੋਰਮ ਕਰ ਸਕੇ, ਪਰ ਇਨਸਪਾਈਟ ਆਫ ਦੈਟ ਸ਼ੀ ਇਜ਼ ਅ ਗੁੱਡ ਸਿੰਗਰ। ਅਤੇ ਇਸ ਦੇ ਨਾਲ ਸਾਡੇ ਅਗਲੇ ਪਾਰਟੀਸੀਪੈਂਟ ਸੀ ਅਰਸ਼ਪ੍ਰੀਤ। ਕਿਹੋ ਜਿਹਾ ਗਾਇਆ ਅਰਸ਼ਪ੍ਰੀਤ ਨੇ ਕੁਆਟਰ ਫਾਈਨਲ ਰਾਊਂਡਸ ਦੇ ਵਿੱਚ, ਆਓ ਵੇਖਨੇ ਇੱਕ ਨਜ਼ਰ। ਅੱਖੀਆਂ ਨੇ ਚੜੀਆਂ ਲਾਈਆਂ, ਅੱਜ ਯਾਦਾਂ ਤੇਰੀਆਂ ਆਈਆਂ ਨੇ, ਬਤਨਾ ਨੂੰ ਆ ਜਾ ਡੋਲਣਾ, ਐਸਾ ਕੋਈ ਨਾ ਡਿਠਾ ਮਿਹਨਤ ਉਹਨੇ ਬਹੁਤ ਕੀਤੀ ਆ ਜਾਣਾ, ਮੈਨੂੰ ਪੂਰੀ ਉਮੀਦ ਆ ਵੀ ਜਿੰਨੀ ਉਹਨੇ ਮਿਹਨਤ ਕੀਤੀ ਆ ਤੋ ਜਿੱਤੂਗੀ ਜ਼ਰੂਰ। ਜੇ ਜੋ ਦੇਣਾ ਪਰਮਾਤਮਾ ਨੇ ਦੇਣਾ, ਸਾਨੂੰ ਪਰਮਾਤਮਾ 'ਤੇ ਪੂਰਾ ਭਰੋਸਾ ਵੀ ਜੋ ਵੀ ਕਰੂਗਾ ਪਰਮਾਤਮਾ ਠੀਕ ਕਰੂਗਾ। ਸੋ ਇਹ ਸੀ ਅਰਸ਼ਪ੍ਰੀਤ ਜਿਨ੍ਹਾਂ ਨੇ ਪਰਫੋਰਮ ਕੀਤਾ ਸਾਡੇ ਕੁਆਟਰ ਫਾਈਨਲ ਰਾਊਂਡਸ ਦੇ ਵਿੱਚ, ਅਤੇ ਹੁਣ ਵਾਰੀ ਇਹ ਜਿਊਰੀ ਮੈਂਬਰਸ ਦੀ ਇਹ ਜਜਮੈਂਟ ਕਰਨ ਦੀ ਕਿ ਕਿਹੋ ਜਿਹੀ ਗਾਇਕੀ ਸੀ ਅਰਸ਼ਪ੍ਰੀਤ ਦੀ। ਹਾਂਜੀ ਹਾਂਸ ਜੀ, ਬਹੁਤ ਫੀਲਿੰਗ ਨਾ, ਬਹੁਤ ਸੁਰ 'ਚ ਗਾ ਰਹੇ ਸੀ। ਉਹ ਗੱਲ ਇਹਨਾਂ ਨੂੰ ਉਸ ਦਿਨ ਵੀ ਕਹੀ ਸੀ ਕਿ ਗੁਣਗੁਣਾਉਣ ਲਈ ਆਵਾਜ਼ ਹੋਰ ਹੁੰਦੀ ਹੈ, ਗਾਉਣ ਲਈ ਹੋਰ ਹੁੰਦੀ ਹੈ। ਗਾਣੇ ਦੇ ਵਿੱਚ ਸੁਰ ਔਰ ਸ਼ਬਦ ਦੋਨੋਂ ਸਮਝ ਆਉਣੇ ਚਾਹੀਦੇ ਆ। ਤੀਸਰਾ ਮੇਰੇ ਖਿਆਲ ਲੈ ਦਾ ਵੀ ਥੋੜ੍ਹਾ ਜਿਹਾ ਗੜਬੜ ਕਰ ਰਹੇ ਸੀ, ਲੈ ਖਿੱਚ ਕਰ ਰਹੇ ਸੀ, ਇਸ ਤਰ੍ਹਾਂ ਦਾ ਕੁਛ ਥੋੜ੍ਹਾ ਜਿਹਾ ਸੀਗਾ। ਅਦਰਵਾਈਜ਼ ਲਾ ਪਾ ਕੇ ਓਵਰਆਲ ਬਹੁਤ ਅੱਛਾ ਇਹਨਾਂ ਨੇ ਗਾਇਆ, ਬਹੁਤ ਵਧੀਆ। ਹਾਂਜੀ, ਅਰਸ਼ਪ੍ਰੀਤ ਬਹੁਤ ਹੀ ਸਵੀਟ ਕੁੜੀ ਹੈ, ਔਰ ਇਹਨੇ ਸਭ ਕੁਛ ਹੀ ਬੜਾ ਬਾਖੂਬੀ ਨਿਭਾਇਆ, ਔਰ ਖਾਸ ਕਰਕੇ ਮੈਨੂੰ ਖੁਸ਼ੀ ਹੋਈ ਕਿ ਮੇਰਾ ਜਿਹੜਾ ਗੀਤ ਗਾਇਆ ਸੀ ਉਹ ਇਹਨੇ ਬਹੁਤ ਫੀਲਿੰਗਸ ਦੇ ਨਾਲ ਬਹੁਤ ਜਾਨ ਲੜਾ ਕੇ ਗਾਇਆ, ਮੈਨੂੰ ਬਹੁਤ ਅੱਛਾ ਲੱਗਿਆ। ਔਰ ਜਿਸ ਤਰ੍ਹਾਂ ਹੰਸ ਜੀ ਨੇ ਕਿਹਾ ਕਿ ਲੈ ਤਾਂ ਥੋੜ੍ਹੀ ਪਿੱਛੇ ਰਹਿੰਦੀ, ਕੋਸ਼ਿਸ਼ ਕਰਨਾ ਬੀਟ ਟੂ ਬੀਟ ਗਾਉਣ ਦੀ, ਅਸੀਂ ਵੀ ਬਹੁਤ ਇੱਦਾਂ ਹੀ ਸਿੱਖੇ ਹਾਂ, ਅਸੀਂ ਵੀ ਬੜੀ ਕੋਸ਼ਿਸ਼ ਕਰਦੇ ਸੀ ਇਸੇ ਤਰ੍ਹਾਂ ਲੈਕਾਰੀ ਦੇ ਹਿਸਾਬ ਨਾਲ, ਔਰ ਲੈ ਨੂੰ ਖਿੱਚ ਕੇ ਗਾਉਣਾ ਇਹ ਸਭ ਕਰਨਾ, ਔਰ ਉਹ ਫਿਰ ਵਿਦ ਟਾਈਮ ਸਾਰਿਆਂ ਦੇ ਟੋਕਣ ਨਾਲ, ਕਿਉਂਕਿ ਫਿਲਮਾਂ ਦੇ ਵਿੱਚ ਖਾਸ ਕਰਕੇ ਬੀਟ ਟੂ ਬੀਟ ਗਾਣਾ ਬਹੁਤ ਲਾਜ਼ਮ ਹੈ, ਉਹ ਜ਼ਰੂਰੀ ਹੈ, ਉਹ ਰਿਕੁਆਇਰਡ ਹੈ। ਸੋ ਇਸ ਕਰਕੇ ਉਸ ਚੀਜ਼ ਨੂੰ ਵੀ ਥੋੜ੍ਹਾ ਮੱਦੇਨਜ਼ਰ ਰੱਖਦੇ ਹੋਏ ਆਪਣੇ ਗਾਣੇ ਨੂੰ ਬੀਟ ਟੂ ਬੀਟ ਰੱਖੋ। ਸਚਿਨ, ਗਾਣਾ ਜਿਹੜਾ ਹੈ ਉਹ ਮੈਂ ਪਹਿਲਾਂ ਵੀ ਕਈ ਦਫ਼ਾ ਕਹਿ ਚੁੱਕਿਆ ਕਿ ਢਿੱਡੋਂ ਆਉਣਾ ਚਾਹੀਦਾ, ਇੱਥੋਂ ਨਹੀਂ, ਖਾਸ ਕਰਕੇ ਪੰਜਾਬੀ ਗਾਣਾ। ਵੋਇਸ ਦਾ ਜੋ ਥਰੋ ਹੈ ਉਹ ਗਾਣੇ ਦੇ ਮੁਤਾਬਿਕ ਹੋਣਾ ਚਾਹੀਦਾ ਹੈ, ਅਤੇ ਇੰਨਾ ਕੁ ਹੋਣਾ ਚਾਹੀਦਾ ਹੈ ਕਿ
ਉਹਨੂੰ ਟੈਕਨੀਕਲੀ ਨਾ ਕੰਟਰੋਲ ਕਰਨਾ ਪਏ। ਨੈਚੁਰਲ ਥਰੋ ਜੋ ਹੈ, ਮੈਂ ਇਸ ਗੱਲ ਲਈ ਜਸਪਿੰਦਰ ਜੀ ਨੂੰ ਬਹੁਤ ਐਡਮਾਇਰ ਕਰਦਾ, ਜੋ ਇਹਨਾਂ ਦਾ ਥਰੋ ਹੈ ਗਾਣੇ ਦਾ, ਜੋ ਜਿਸ ਵਜ਼ਨ ਦੇ ਨਾਲ ਇਹ ਮਤਲਬ ਗਾਣਾ ਗਾਉਂਦੇ ਹੈ, ਬਹੁਤ ਕਮਾਲ ਹੈ। ਅਤੇ ਇਸ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਸਿੱਖਣ ਦੀ। ਤੁਹਾਡੀ ਆਵਾਜ਼ ਅੱਛੀ ਹੈ, ਪਰ ਜਿਵੇਂ ਕਿ ਤੁਸੀਂ ਮੂੰਹ ਦੇ ਅੰਦਰ ਅੰਦਰ ਹੀ ਗਾ ਜਾਂਦੇ ਹੋ ਸਾਰਾ ਗਾਣਾ, ਗਾਣਾ ਮਿੱਠਾ ਗਾ ਰਹੇ ਹੋ ਤੁਸੀਂ, ਪਰ ਲੋਕਾਂ ਨੂੰ ਸਮਝ ਤਾਂ ਆਉਣਾ ਚਾਹੀਦਾ ਨਾ ਕੀ ਗਾ ਰਹੇ ਹੋ, ਠੀਕ ਹੈ ਨਾ ਸਾਹਿਬ? ਜਿੱਦਾਂ ਮਿਸਾਲ ਦੇ ਤੌਰ 'ਤੇ ਜੋ ਤੁਸੀਂ ਗੱਲਾਂ ਕੀਤੀਆਂ ਮੈਂ ਗਾ ਕੇ, ਬਿਲਕੁਲ ਜ਼ਰੂਰ, ਬਿਲਕੁਲ ਜ਼ਰੂਰ ਜ਼ਰੂਰ। ਕਿਸ਼ੋਰ ਕੁਮਾਰ ਸਾਹਿਬ ਦਾ ਇੱਕ ਗਾਣਾ ਸੀ, ਮੇਰੇ ਦਿਲ ਮੇਂ ਆਜ ਕਿਆ ਹੈ ਤੂੰ ਕਹੇ ਤੋ ਮੈਂ ਬਤਾ ਦੂੰ, ਸਟਾਰਟ ਉਹਨਾਂ ਨੇ ਕੀਤਾ, ਮੇਰੇ ਦਿਲ ਮੇਂ ਆਜ ਕਿਆ ਹੈ ਤੂੰ ਕਹੇ ਤੋ ਮੈਂ ਬਤਾ ਦੂੰ। ਸਾਰਾ ਗਾਣਾ ਇਸ ਟੋਨ 'ਚ ਨਹੀਂ ਗਾਇਆ ਜਾ ਸਕਦਾ, ਕਿਉਂਕਿ ਗੱਲ ਐਸੀ ਆ ਉਹ ਝੱਕ ਰਿਹਾ ਜੇ ਬਿਤਾਉਣ ਲਈ, ਅਤੇ ਇਹ ਫਿਰ ਅੱਗੋਂ ਖੁੱਲ੍ਹ ਕੇ ਵੀ ਆ ਜਦੋਂ ਹਾਂ ਆਉਂਦਾ ਹੁੰਗਾਰਾ, ਮੇਰੇ ਦਿਲ ਮੇਂ ਆਜ ਕਿਆ ਹੈ ਤੂੰ ਕਹੇ ਤੂੰ ਕਹੇ ਤੋ ਮੈਂ ਬਤਾ ਦੂੰ, ਮੇਰੇ ਦਿਲ ਮੇਂ ਆਜ ਕਿਆ ਹੈ ਤੂੰ ਕਹੇ ਤੋ ਮੈਂ। ਸਾਰਾ ਗਾਣਾ ਇਸ ਟੋਨ 'ਚ ਨਹੀਂ ਗਾਉਣਾ ਚਾਹੀਦਾ, ਬਸ ਮੇਨ ਗੱਲ ਇਹ ਆ। ਇਹਦਾ ਮਤਲਬ ਇਹ ਨਹੀਂ ਵੀ ਸਿੰਗਰ ਮਾੜੇ ਆ, ਸਿੰਗਰ ਚੰਗੇ ਆ, ਆਹ ਬਸ ਖਿਆਲ ਰੱਖਣਾ। ਵਰਡਸ ਦੇ ਹਿਸਾਬ ਨਾਲ ਨਾ ਉਹਦਾ ਠੀਕ ਹੈ ਪ੍ਰੋਜੈਕਸ਼ਨ ਹੋਣਾ ਚਾਹੀਦਾ, ਬਿਲਕੁਲ ਬਹੁਤ ਅੱਛੇ। ਅਰਸ਼ਪ੍ਰੀਤ ਵਧੀਆ ਸਿੰਗਰ ਹੈ, ਪਰ ਉਸ ਦੇ ਨਾਲ ਨਾਲ ਅੱਜ ਜੋ ਕਮੀਆਂ ਇੱਥੇ ਦੱਸੀਆਂ ਜਾ ਰਹੀਆਂ ਨੇ ਉਹ ਇਹਨਾਂ ਫਨਕਾਰਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੰਮ ਆਉਣਗੀਆਂ, ਕਿਉਂਕਿ ਦੁਨੀਆ ਦੇ ਵਿੱਚ ਕਮੀਆਂ ਦੱਸਣ ਦਾ ਮੌਕਾ ਬਹੁਤ ਘੱਟ ਲੋਕਾਂ ਨੂੰ ਮਿਲਦਾ ਆ। ਸੋ ਅੱਜ ਮੈਨੂੰ ਲੱਗਦਾ ਕਿ ਐਡੇ ਵੱਡੇ ਫਨਕਾਰ ਬੈਠੇ ਹੋਏ ਨੇ ਔਰ ਇਹਨਾਂ ਨੇ ਅਜੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਔਰ ਸ਼ੁਰੂਆਤ 'ਤੇ ਇਹਨਾਂ ਨੂੰ ਇੰਨੀਆਂ ਵੱਡੀਆਂ ਕਮੀਆਂ ਆਪਣੀਆਂ ਪਤਾ ਲੱਗ ਜਾਣ ਤਾਂ ਜ਼ਰੂਰ ਸੁਧਾਰਨਗੇ। ਸਾਡੀ ਅਗਲੀ ਪਾਰਟੀਸੀਪੈਂਟ ਹੇਮਾ ਸ਼ਰਮਾ, ਕੁਆਟਰ ਫਾਈਨਲ ਰਾਊਂਡਸ ਦੇ ਵਿੱਚ ਹੇਮਾ ਨੇ ਕਿਹੋ ਜਿਹਾ ਗਾਇਆ ਤੁਸੀਂ ਆਪ ਵੇਖੋ। ਰੋਗ ਲੱਭਾ ਨਾ ਤਬੀਬਾ ਤੈਨੂੰ ਮੇਰਾ ਦਵਾਈਆਂ ਦੇ ਦੇ ਸਾੜੀ ਛੱਡਿਆ ਸਾੜੀ ਛੱਡਿਆ ਦਵਾਈਆਂ ਦੇ ਦੇ ਸਾੜੀ ਛੱਡਿਆ ਤੇ ਦਾਵੀ ਜਾਵੀਂ ਕਾਮਾ ਬੇਂਦੜਾ ਜਾਵੀਂ ਵੇ ਬੇਂਦੜਾ ਜਾਵੀਂ ਮੇਰੇ ਪੇਕੜੇ ਦਾਣਾ ਨੀ ਤੋ ਦਾਣੇ ਤੇਰੇ ਦਿਲ ਦੀ ਰੱਬ ਜਾਣੇ ਮੇਰੇ ਦਿਲ ਦਾ ਖੁਦਾ ਗਵਾ ਪਾ ਲਈਏ ਨੀ ਪਿਆਰ ਬਣਾ ਇੱਕ ਦਾਣਾ ਜਾਣ ਕੱਢ ਲਈਆ ਬੇਈਮਾਨਾ ਜਾਣ ਵਾਲੀ ਗੱਲ ਕਰ ਕੇ। ਜਿਸ ਤਰ੍ਹਾਂ ਇਹਨੇ ਮਿਹਨਤ ਨਾਲ ਔਰ ਲਗਨ ਨਾਲ ਤਿਆਰੀ ਕੀਤੀ ਮੈਨੂੰ ਪੂਰੀ ਉਮੀਦ ਹੈ ਕਿ ਉਹ ਕੁਆਟਰ ਫਾਈਨਲ ਜਿੱਤ ਕੇ ਸੈਮੀ ਫਾਈਨਲ ਤੱਕ ਪਹੁੰਚੇਗੀ। ਸੋ ਇਹ ਸੀ ਹੇਮਾ ਸ਼ਰਮਾ ਜਿਨ੍ਹਾਂ ਨੇ ਕੁਆਟਰ ਫਾਈਨਲ ਰਾਊਂਡਸ ਦੇ ਵਿੱਚ ਪਰਫਾਰਮ ਕੀਤਾ ਅਤੇ ਕੀ ਸੋਚਦੇ ਨੇ ਸਾਡੇ ਜਿਊਰੀ ਮੈਂਬਰਸ? ਕੁਝ ਖਾਇਆ ਕਰੋ, ਸਿਹਤ ਬਣਾਓ, ਮੇਰੇ ਵਰਗੀ ਨਹੀਂ ਥੋੜ੍ਹੀ ਜਿਹੀ ਬਣਾ ਲਓ। ਹੇਮਾ ਦੀ ਵੋਇਸ ਟੋਨ ਅੱਛੀ ਹੈ, ਸੁਰ 'ਚ ਕਿਤੇ ਕਿਤੇ ਬਹੁਤ ਗੜਬੜ ਕਰ ਜਾਂਦੀ ਹੈ। ਆਡੀਸ਼ਨ 'ਚ ਇਹਨਾਂ ਨੇ ਬਹੁਤ ਅੱਛਾ ਗਾਇਆ ਸੀ, ਕਾਫੀ ਅੱਛਾ ਗਾਇਆ ਸੀ, ਉਸ ਦਿਨ ਵੀ ਅੱਛਾ ਗਾਇਆ, ਪਰ ਕਿਤੇ ਕਿਤੇ ਗੜਬੜ ਕਰ ਗਈ। ਉਹ ਇੰਪਰੂਵ ਕਰਨੀ ਚਾਹੀਦੀ ਹੈ। ਮੇਰੇ ਖਿਆਲ ਤੁਸੀਂ ਸਿੱਖਦੇ ਵੀ ਹੋ, ਸਿੱਖਦੇ ਹੋ ਨਾ? ਹਾਂ, ਹੋਰ ਮਿਹਨਤ ਕਰੋ, ਹੋਰ ਲਗਨ ਨਾਲ ਕਰੋ, ਬਹੁਤ ਅੱਛਾ ਹੋ ਜਾਏਗਾ। ਬਹੁਤ ਹੀ ਸਵੀਟ ਕੁੜੀ ਹੈ, ਉਸੇ ਤਰ੍ਹਾਂ ਜਿਸ ਤਰ੍ਹਾਂ ਇਹ ਸਵੀਟ ਹੈ ਉਸ ਤਰ੍ਹਾਂ ਇਹਦੀ ਆਵਾਜ਼ ਵੀ ਬਹੁਤ ਮਿੱਠੀ ਹੈ। ਲੇਕਿਨ
ਹਿਮਾ ਰਿਆਜ਼ੀ ਹੈ, ਰਿਆਜ਼ ਕਰਦੀ ਹੈ, ਪਤਾ ਵੀ ਚੱਲਦਾ, ਪਰ ਹਾਲੇ ਇਹ ਖਿਆਲ ਰੱਖਣਾ ਕਿ ਜਿਹੜੇ ਗਾਣੇ ਨੂੰ ਵੀ ਤੁਸੀਂ ਹੱਥ ਪਾਉਂਦੇ ਹੋ ਨਾ, ਮੁਸ਼ਕਿਲ ਗਾਣੇ ਗਾਉਣਾ ਅੱਛਾ ਲੱਗਦਾ ਹਿਮਾ ਨੂੰ, ਔਰ ਕਿਉਂਕਿ ਇਹਨੇ ਆਡੀਸ਼ਨ ਵਿੱਚ ਵੀ ਬਹੁਤ ਅੱਛਾ ਗਾਣਾ ਗਾਇਆ ਸੀ। ਸਚਿਨ ਨੂੰ ਵੀ ਯਾਦ ਹੈ, ਮੈਨੂੰ ਵੀ ਯਾਦ ਹੈ, ਸ਼ਾਇਦ ਹੰਸ ਜੀ ਨੂੰ ਵੀ ਯਾਦ ਹੀ ਹੋਏਗਾ। ਬਹੁਤ ਹੀ ਮਿੱਠਾ ਗਾਣਾ ਗੁਲਾਮ ਅਲੀ ਜੀ ਦਾ ਗਾਇਆ ਸੀ ਔਰ ਮੈਨੂੰ ਬਹੁਤ ਅੱਛਾ ਲੱਗਿਆ ਸੀ। ਉਸ ਤਰ੍ਹਾਂ ਇਸ ਵਾਰ ਥੋੜ੍ਹੀ ਜਿਹੀ ਚੋਇਸ ਰੋਂਗ ਇਹਨਾਂ ਨੇ ਚੂਜ਼ ਕੀਤੀ ਗਾਣਿਆਂ ਦੀ ਸਿਲੈਕਸ਼ਨ, ਗਾਣਿਆਂ ਦੀ ਜਿਹੜੀ ਸਿਲੈਕਸ਼ਨ ਸੀ ਉਹਦੇ 'ਚੋਂ ਇੱਕ ਦੋ ਚੀਜ਼ਾਂ ਥੋੜ੍ਹੀ ਜਿਹੀਆਂ ਗਲਤ ਚੁੱਕੀਆਂ ਜਿਹੜੀਆਂ ਤਿਆਰੀ ਨਹੀਂ, ਪਰ ਕੋਈ ਗੱਲ ਨਹੀਂ, ਫਿਰ ਵੀ ਅੱਛੀ ਆਰਟਿਸਟ ਹੈ ਔਰ ਇਹ ਅੱਗੇ ਵੀ ਜਾ ਕੇ ਮੈਨੂੰ ਪਤਾ ਕਿ ਇਹ ਡੈਫੀਨੇਟਲੀ ਬਹੁਤ ਹੀ ਅੱਛੀ ਕਲਾਕਾਰ ਬਣੇਗੀ ਕਿਉਂਕਿ ਇਹਦੇ ਵਿੱਚ ਉਹ ਹੁਨਰ ਹੈ। ਲੇਕਿਨ ਬੇਟਾ ਥੋੜ੍ਹਾ ਖਾਇਆ ਕਰੋ, ਥੋੜ੍ਹੀ ਸਿਹਤ ਬਣਾਓ। ਹਾਂਜੀ ਹਾਂਜੀ, ਕਹਿੰਦੇ ਸਮੇਂ ਸਮੇਂ ਸਮਰੱਥ, ਵਹੀ ਅਰਜਨ ਕੇ ਤੀਰ ਹੈ, ਵਹੀ ਅਰਜਨ ਕੇ ਹੱਥ। ਵਾਹ, ਕੋਈ ਸਮਾਂ ਹੀ ਇੱਦਾਂ ਦਾ ਹੁੰਦਾ ਜਦੋਂ ਸਚਿਨ ਤੇਂਦੁਲਕਰ ਵਰਗਾ ਬੰਦਾ ਵੀ ਇੱਕ ਰਨ ਨਹੀਂ ਬਣਾ ਪਾਉਂਦਾ, ਪਹਿਲੇ ਰਨ 'ਤੇ ਆਊਟ ਹੋ ਜਾਂਦਾ। ਆਡੀਸ਼ਨ 'ਚ ਜਦੋਂ ਆਏ ਸੀ ਤਾਂ ਬੜੀਆਂ ਸਾਨੂੰ ਵਾਕਿਆ ਹੀ ਬੜਾ ਵੱਡੀ ਸਿੰਗਰ ਲੱਗੀ ਸੀ। ਅਤੇ ਬਸ ਇਸੇ ਤਰ੍ਹਾਂ ਆ ਜਿੱਦਾਂ ਮੇਰੇ ਵਰਗਾ ਕਮਜ਼ੋਰ ਜਿਹਾ ਬੰਦਾ 2 ਕੁਇੰਟਲ ਦੀ ਆਇਰਨ ਚੱਕਣੀ ਚਾਹੇ, ਇਹਨੇ ਮੇਰਾ ਖਿਆਲ ਬੰਦਿਸ਼ਾਂ ਉਹ ਲੈ ਲਈਆਂ। ਆਰਟਿਸਟ ਉਹ ਆ ਜਿਹੜਾ ਆਪਣਾ ਅਨੈਲਿਸਿਸ ਆਪ ਵੀ ਥੋੜ੍ਹਾ ਕਰ ਸਕੇ, ਔਰ ਇਹ ਬਹੁਤ ਸਮਝਦਾਰ ਹੈ, ਇਹਨੇ ਬਹੁਤ ਅੱਗੇ ਜਾਣਾ, ਇਹ ਪਤਾ ਮੈਨੂੰ, ਇਹਨਾਂ ਨੂੰ ਵੀ ਪਤਾ, ਸਭ ਨੂੰ ਪਤਾ, ਜਿਹੜੇ ਜਿਹੜੇ ਸੁਣਦੇ ਇਹਨੇ ਬਹੁਤ ਅੱਗੇ ਜਾਣਾ। ਕਿਸੇ ਤਰ੍ਹਾਂ ਦੇ ਵੀ ਰਿਜ਼ਲਟ, ਕਿਸੇ ਤਰ੍ਹਾਂ ਦੇ ਮੁਕਾਬਲੇ, ਕਿਸੇ ਤਰ੍ਹਾਂ ਦੇ ਅਵਾਰਡ, ਚੰਗੇ ਗਾਣੇ ਲਈ ਉਹ ਕੋਈ ਉਹ ਸ਼ਰਤ ਨਹੀਂ ਹੁੰਦੇ। ਇਹ ਤਾਂ ਪਤਾ ਨਹੀਂ ਕਿਹਦੀ ਕਿਸਮਤ ਵਿੱਚ ਲਿਖੀ ਹੈ ਮੋਰ, ਮੈਨੂੰ ਨਹੀਂ ਪਤਾ, ਇਹਨੂੰ ਮਿਲ ਜਾਏ ਬਾਬਾ ਜੀ ਦੇਣ, ਉਹਨਾਂ ਨੂੰ ਮਿਲ ਜਾਏ, ਇਹਨਾਂ ਨੂੰ ਮਿਲ ਜਾਏ, ਕਿਸੇ ਨੂੰ ਮਿਲ ਜਾਏ, ਸਾਡੇ ਸਭ। ਲੇਕਿਨ ਗਾਣਾ ਇਹ ਬਹੁਤ ਇਹਦਾ ਸਾਫ਼ ਸੁਥਰਾ ਆ, ਥੋੜ੍ਹਾ ਇਹੀ ਸਮਝਣ ਦੀ ਲੋੜ ਹੈ। ਉਸ ਦਿਨ ਮੇਰਾ ਖਿਆਲ ਬੁੱਧਵਾਰ ਸੀਗਾ ਅਤੇ ਬੁੱਧ ਕੰਮ ਸ਼ੁੱਧ ਹੁੰਦਾ ਅਤੇ ਇਹਦੇ ਲਈ ਤਾਂ ਮੰਗਲਵਾਰ ਹੀ ਸਾਬਤ ਹੁੰਦਾ ਹੁੰਦਾ ਰਹਿ ਗਿਆ, ਫਿਰ ਅੱਛਾ ਗਾਇਆ ਨਹੀਂ, ਐਸੀ ਕਿਹੜੀ ਗੱਲ ਹੈ। ਗੁੱਡ ਲੱਕ ਬੇਟਾ, ਬੇਟਾ ਤੂੰ ਕੋਈ ਆਪਣਾ ਇਹਨਾਂ ਨੇ ਚੰਗੇ ਸੁਝਾਅ ਦਿੱਤੇ ਆ, ਲੰਗਰ ਪਾਣੀ ਛਕਿਆ ਕਰੋ, ਠੀਕ ਹੈ। ਹਾਂ, ਗੱਲ ਹੀ ਕੋਈ ਨਹੀਂ, ਸਾਡੀਆਂ ਬੱਚੀਆਂ ਤੀਆਂ ਸੁਰ, ਇਹਨੇ ਬਹੁਤ ਅੱਗੇ ਜਾਣਾ, ਯਕੀਨ ਹੈ ਸਾਨੂੰ, ਸਾਰਿਆਂ ਨੂੰ ਯਕੀਨ ਹੈ ਇਹ ਬਹੁਤ ਅੱਗੇ ਜਾਏਗੀ। ਸੋ ਬਹੁਤ ਸੰਭਾਵਨਾਵਾਂ ਹੇਮਾ ਦੇ ਗਾਣੇ ਤੋਂ ਸਾਡੇ ਜਿਊਰੀ ਮੈਂਬਰਸ ਨੂੰ, ਔਰ ਅਗਲੀ ਪਾਰਟੀਸੀਪੈਂਟ ਆਂਚਲ। ਕੁਆਟਰ ਫਾਈਨਲ ਰਾਊਂਡ 'ਚ ਕਿਹੋ ਜਿਹੀ ਰਹੀ ਆਂਚਲ ਦੀ ਪਰਫਾਰਮੈਂਸ, ਆਓ ਵੇਖਦੇ ਹਾਂ। ਕੁਆਟਰ ਫਾਈਨਲ ਦੇ ਵਿੱਚ ਪਹੁੰਚੀ ਹੈ, ਬਾਕੀ ਅੱਗੋਂ ਸਾਰਾ ਉੱਪਰ ਵਾਲੇ ਦੇ ਹੱਥ। ਅਤੇ ਹੁਣ ਵਾਰੀ ਜਿਊਰੀ ਮੈਂਬਰਸ ਦੀ। ਹਾਂਜੀ ਸਚਿਨ ਜੀ, ਆਂਚਲ ਦਾ ਗਾਣਾ ਕੱਚਾ ਹੈ ਹਾਲੇ, ਕਾਫੀ ਪ੍ਰੈਕਟਿਸ ਦੀ ਲੋੜ ਹੈ, ਮਿਹਨਤ ਦੀ ਲੋੜ ਹੈ। ਉਸ ਦਿਨ ਦੀ ਪਰਫਾਰਮੈਂਸ 'ਤੇ ਕੁਛ
ਸਿਲੈਕਸ਼ਨਸ ਵੀ ਗੜਬੜ ਸੀ ਜੋ ਮੈਨੂੰ ਪਰਸਨਲੀ ਫੀਲ ਹੋਇਆ, ਕਿਉਂਕਿ ਜਿੱਦਾਂ ਦੀ ਇਹਨਾਂ ਦੀ ਵੋਇਸ ਹੈ ਉਹਦੇ ਹਿਸਾਬ ਨਾਲ ਕੁਝ ਸਿਲੈਕਸ਼ਨਸ ਹੋਰ ਹੋਣੀਆਂ ਚਾਹੀਦੀਆਂ ਸੀ। ਅਤੇ ਗਾਇਕੀ ਵੀ ਹਾਲੇ ਕੱਚੀ ਹੈ, ਇੰਪਰੋਵਾਈਜ਼ ਇਹਨੂੰ ਕਰਨ, ਇੰਪਰੂਵ ਕਰਨ ਮੇਰੇ ਹਿਸਾਬ ਨਾਲ ਮਿਹਨਤ ਕਾਫੀ ਕਰਨੀ ਚਾਹੀਦੀ ਤੁਹਾਨੂੰ। ਜਸਪਿੰਦਰ ਜੀ, ਬਹੁਤ ਸਵੀਟ ਹੈ ਆਂਚਲ, ਲੇਕਿਨ ਆਂਚਲ ਨੂੰ ਮਿਹਨਤ ਦੀ ਲੋੜ ਹੈ, ਔਰ ਮੇਰਾ ਖਿਆਲ ਹੈ ਕਿ ਰਿਆਜ਼ ਹੀ ਨਹੀਂ ਹੈ, ਆਂਚਲ ਰਿਆਜ਼ ਨਹੀਂ ਕਰਦੀ, ਹੈ ਨਾ, ਸਿੱਖਦੀ ਨਹੀਂ ਹਾਲੇ, ਸਿਰਫ ਸੁਣਦੀ ਹੈ, ਟੇਪਾਂ ਟੁੱਪਾਂ ਤੋਂ ਹੀ ਸੁਣ ਕੇ ਕੰਮ ਚੱਲ ਰਿਹਾ। ਪਰ ਜੇ ਬੇਟੇ ਇਹਨੂੰ ਪਰਸੂ ਕਰਨਾ ਅੱਗੇ, ਅਗਰ ਇਹਨੂੰ ਕਰੀਅਰ ਬਣਾਉਣਾ ਔਰ ਇਹਦੇ ਵਿੱਚ ਕੁਛ ਕਰ ਦਿਖਾਉਣਾ, ਤਾਂ ਉਹਦੇ ਵਾਸਤੇ ਤੁਹਾਨੂੰ ਮਿਹਨਤ ਕਰਨੀ ਪਏਗੀ। ਇਹ ਕਰਤੇ ਕੀ ਵਿੱਦਿਆ, ਇਹਨੂੰ ਕਰਦੇ ਰਹਿਣਾ ਤਾਂ ਹੀ ਮਿਲੇਗੀ, ਇਸ ਤਰ੍ਹਾਂ ਨਹੀਂ ਮਿਲਦੀ। ਬਹੁਤ ਕੁਛ, ਬੜੀ ਘਾਲਣਾ ਘਾਲਣੀਆਂ ਪੈਂਦੀਆਂ, ਬਹੁਤ ਕੁਛ ਕਰਨਾ ਪੈਂਦਾ, ਬਹੁਤ ਕੁਛ ਸਹਿਣਾ ਪੈਂਦਾ, ਬਹੁਤ ਕੁਛ ਸੈਕਰੀਫਾਈਸ ਕਰਨਾ ਪੈਂਦਾ ਲਾਈਫ ਵਿੱਚ, ਤਦ ਜਾ ਕੇ ਇਹ ਚੀਜ਼ ਮਿਲ ਜਾਏ, ਸ਼ੁਕਰ ਮਨਾਓ, ਹੈ ਕਿ ਨਹੀਂ? ਸੋ ਇਸ ਕਰਕੇ ਮੈਂ ਤੁਹਾਨੂੰ, ਮੇਰੀ ਗੁੱਡ ਵਿਸ਼ਿਜ਼ ਤੁਹਾਡੇ ਨਾਲ ਨੇ, ਬਸ ਰਿਆਜ਼ ਕਰੋ ਔਰ ਸਿੱਖੋ। ਹਾਂਜੀ ਹਾਂਜੀ, 4 ਰਾਊਂਡ ਹੈ ਜੀ ਇਹਦੇ ਵਿੱਚ। ਪਹਿਲਾ ਰਾਊਂਡ ਇਹਨਾਂ ਦੇ ਬੱਚਿਆਂ ਦੇ ਆਪਣੀ ਚੋਇਸ ਦਾ ਹੁੰਦਾ, ਦੂਜੇ ਰਾਊਂਡ, ਤੀਜਾ ਰਾਊਂਡ, ਚੌਥਾ ਰਾਊਂਡ ਥੋੜ੍ਹਾ ਜਿਹਾ ਪਾਬੰਦੀ ਦਾ ਹੁੰਦਾ। ਦੂਜੇ ਰਾਊਂਡ 'ਚ ਫੋਕ ਹੁੰਦਾ, ਫੋਕ ਲਈ ਉੱਦਾਂ ਦੀ ਅਦਾਇਗੀ, ਪਹਿਲੀ ਗੱਲ ਇਹ ਸਮਝਣਾ ਜ਼ਰੂਰੀ ਹੈ ਕਿ ਫੋਕ ਦੇ ਮਾਨੇ ਕੀ ਹੈ, ਲੋਕ ਗਾਇਕੀ ਕੀ ਹੁੰਦੀ ਹੈ, ਲੋਕ ਰੰਗ ਕੀ ਹੈ, ਸਾਡਾ ਵਿਰਸਾ ਕੀ ਹੈ। ਫਿਰ ਅਗਰ ਤੁਸੀਂ ਵਰਸੇਟਾਈਲ ਬਣਨਾ ਅਤੇ ਕੁਛ ਹੋਰ ਵਧੀਆ ਸਾਹਿਤਕ ਜਾਂ ਸੂਫੀ ਜਾਂ ਕਲਾਸਿਕ ਸੌਂਗਸ, ਉਸ ਤੋਂ ਬਾਅਦ ਸਾਡੀ ਚੋਇਸ ਦਾ ਕੁਛ ਅਸੀਂ ਸੁਣਨਾ ਚਾਹਿਆ। ਇਹ ਬਹੁਤ ਸਾਰੇ ਰਾਊਂਡ ਹੁੰਦੇ ਜਿਨ੍ਹਾਂ 'ਚ ਮੌਕਾ ਮਿਲਦਾ, ਔਰ ਕੋਈ ਕੋਈ ਆਰਟਿਸਟ ਸਮਝਦਾ ਹੈ ਜਿਹਨੂੰ ਇਹ ਪਤਾ ਹੈ ਕਿ ਫੋਕ ਵਿੱਚ ਕੀ ਹੋਣਾ ਚਾਹੀਦਾ। ਹੁਣ ਫੋਕ ਮਿਸਾਲ ਦੇ ਤੌਰ 'ਤੇ ਖਾਨ ਸਾਹਿਬ ਗਾਉਂਦੇ, ਚੁੱਕੇ ਚੁੱਕੇ ਰਾਤ ਦਿਨ ਆਂਸੂ ਬਹਾਨਾ ਯਾਦ ਹੈ, ਇਹਨੂੰ ਹੁਣ ਇੱਦਾਂ ਨਹੀਂ ਗਾ ਸਕਦੇ, ਚੁੱਪਕੇ ਚੁੱਪਕੇ ਓਏ, ਹੈ ਨਾ, ਕਿੱਡਾ ਉਹਨਾਂ ਨੇ ਮਿੱਠਾ ਗਾਇਆ। ਮੇਰੇ ਸ਼ੌਕ ਦਨੀ ਇਤਬਾਰ ਤੈਨੂੰ, ਆ ਜਾ ਵੇਖ ਮੇਰਾ ਇੰਤਜ਼ਾਰ ਆ ਜਾ। ਹੁਣ ਇਹ ਇੱਦਾਂ ਹੀ ਗਾਉਣਾ ਚਾਹੀਦਾ, ਇਹਦੇ ਵਿੱਚ ਇਹ ਨਹੀਂ ਕਿ ਮੇਰੇ ਸ਼ੌਕ ਦਨੀ ਉਹ ਇਤਬਾਰ ਤੈਨੂੰ ਏ ਮੇਰੇ ਹਾਂਡਿਆ, ਜਦੋਂ ਆਹ ਗੱਲ ਸਮਝ ਆ ਜਾਏ ਉਦੋਂ ਧੰਨ ਧੰਨ ਹੋ ਜਾਂਦੀ ਹੈ ਮੇਰਾ ਮਤਲਬ। ਓਵਰਆਲ ਸਾਡੇ ਬਾਰੇ, ਤੁਹਾਡੇ ਬਾਰੇ, ਸਾਰਿਆਂ ਬਾਰੇ ਗੱਲ ਕਰਨਾ ਸੀ, ਪਰਟੀਕੁਲਰ ਆਂਚਲ ਬਾਰੇ ਨਹੀਂ ਮੈਂ ਬੋਲ ਰਿਹਾ। ਆਂਚਲ ਦੇ ਤਾਂ ਹਾਸਾ, ਇਹਦਾ ਸੁਭਾਵ, ਇਹਦਾ ਭੋਲਾਪਨ, ਇਹਦੀ ਮਾਸੂਮੀਅਤ, ਸਾਡੇ ਬੱਚਿਆਂ ਵਰਗੇ ਸਭ ਲੋਕ ਬੜਾ ਇਹ ਸਵੀਟ ਲੋਕ ਆ, ਪਰ ਇਹ ਸਾਰੇ ਸਮਝਦੇ ਆ ਅਸੀਂ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ। ਇਹ ਇਸ ਉਮੀਦ ਵਿੱਚ ਵੀ ਨੇ ਕਿ ਇਹਨਾਂ 'ਚ ਨੁਕਸ ਨਹੀਂ ਕੱਢ ਰਹੇ ਸੀ, ਬਸ ਇਨਡਾਇਰੈਕਟ ਵੇ ਨਾਲ ਜੋ ਅਸੀਂ ਕਹਿਣਾ ਚਾਹੁੰਦੇ ਤੁਸੀਂ ਫੋਲੋ ਕਰੋ, ਔਰ ਗੁੱਸਾ ਨਹੀਂ ਕਰਨਾ ਕਦੇ ਸਾਡੀ ਗੱਲ ਦਾ, ਕਿਉਂਕਿ ਨਾ ਕੋਈ ਸਾਡੇ ਤੁਸੀਂ ਰਿਸ਼ਤੇਦਾਰ ਹੋ ਅਤੇ ਨਾ ਸਾਡੇ ਕੋਈ ਦੋਸਤ ਹੋ ਅਤੇ ਨਾ ਸਾਡੇ ਦੁਸ਼ਮਣ ਆ। ਸਾਨੂੰ ਪਹਿਲਾਂ ਸਮਝਾ ਕੇ ਇੱਥੇ ਹਿੱਕ 'ਤੇ ਲਿਖ ਕੇ ਦਿੱਤਾ ਸੀ, ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਵੈਰ, ਹਮ ਨਾ ਹੀ ਚੰਗੇ ਬੁਰਾ ਨਾ ਹੀ ਕੋਏ, ਅਸੀਂ ਤੁਹਾਨੂੰ ਸੁਣ ਸੁਣ ਕੇ ਆਪਣੇ ਐਬਾਂ ਲਈ ਤੌਬਾ ਕਰਦੇ ਹਾਂ। ਸੋ ਇਹਦੇ ਵਿੱਚੋਂ ਬਸ ਇਹ ਗੱਲ ਸਿੱਖ ਲੈਣੀ ਆ ਤਰੀਕੇ ਨਾਲ, ਅਸੀਂ ਬਹੁਤ ਸਖਤ ਨਹੀਂ, ਮੈਂ ਤਾਂ ਵੈਸੇ ਹੀ ਸਖਤ, ਮੇਰੀ ਸਖਤੀ ਸੁਭਾਅ ਦਾ ਹਿੱਸਾ ਨਹੀਂ ਗਾ,
ਬਸ ਮੈਂ ਇਨਡਾਇਰੈਕਟ ਵੀ ਨਾ ਮੈਂ ਵੀ ਉਹੀ ਗੱਲ ਕਹਿ ਜਾਂਦਾ ਜੋ ਇਹ ਕਹਿੰਦੇ ਨੇ ਸਚਿਨ ਸਾਹਿਬ ਜਾਂ ਮੈਡਮ ਜੀ ਕਹਿੰਦੇ ਨੇ, ਮੈਂ ਵੀ ਉਸ ਮੇਰੇ ਰਾਏ ਸੇਮ ਹੀ ਹੁੰਦੀ ਹੈ, ਪਰ ਮੇਰਾ ਅੰਦਾਜ਼ ਹੁੰਦਾ ਕਿ ਬੱਚੇ ਨੂੰ ਫੀਲ ਨਾ ਹੋਵੇ ਇੱਕਦਮ ਹੌਸਲਾ ਅਫਜ਼ਾਈ ਜੀ ਵਾਲਾ, ਕਿਉਂਕਿ ਇਹਨਾਂ ਨੇ ਰੋਲ ਮੈਨੂੰ ਐਸਾ ਦਿੱਤਾ। ਸੋ ਆਂਚਲ ਬਹੁਤ ਅੱਛੀ ਸੀ, ਵੈਰੀ ਗੁੱਡ। ਸੋ ਸਾਡੇ 8 ਕੰਟੈਸਟੈਂਟ, 4 ਫੀਮੇਲ ਅਤੇ 4 ਮੇਲ ਕੰਟੈਸਟੈਂਟਸ, ਸਭ ਸੁਰੀਲੇ, ਮੁਕਾਬਲਾ ਬਹੁਤ ਹੀ ਸਖਤ ਹੈ। ਇਹਨਾਂ 8 ਦੇ ਵਿੱਚੋਂ ਕੌਣ ਹੋਣਗੇ 2 ਫਨਕਾਰ? ਮੁਕਾਬਲਾ ਜਿਵੇਂ ਮੈਂ ਪਹਿਲੇ ਦੱਸਿਆ ਕਿ ਬਹੁਤ ਹੀ ਟੱਕਰਦਾ ਹੈ, ਪਰ ਹੁਣ ਇਹਨਾਂ ਨੂੰ ਵੀ ਵਿਚਾਰਿਆਂ ਦੇ ਦਿਲ ਦੀਆਂ ਧੜਕਣਾਂ ਬਹੁਤ ਤੇਜ਼ ਹੋ ਰਹੀਆਂ ਨੇ, ਦਰਸ਼ਕਾਂ ਦੀਆਂ ਵੀ ਹੋ ਰਹੀਆਂ ਨੇ, ਨਾਲ ਹੁਣ ਜਿਊਰੀ ਮੈਂਬਰਸ ਦੀਆਂ ਵੀ ਹੋ ਰਹੀਆਂ ਨੇ, ਵੀ ਹੁਣ ਫਟਾਫਟ ਫੈਸਲਾ ਸੁਣ ਲਓ। ਸੋ ਇਹਨਾਂ ਦੀ ਵਾਰੀ ਜੀ ਹੁਣ ਫੈਸਲਾ ਸੁਣਾਉਣ ਦੀ। ਮੈਂ ਗੁਜ਼ਾਰਿਸ਼ ਕਰਾਂਗੀ ਜਸਪਿੰਦਰ ਜੀ ਨੂੰ ਅਤੇ ਹੰਸ ਜੀ ਨੂੰ ਕਿ ਦੱਸੋ ਇੰਤਜ਼ਾਰ ਦੀਆਂ ਘੜੀਆਂ ਖਤਮ ਕਰਦੇ ਹੋਏ ਕਿ ਕੀ ਇਹ ਲੇਡੀਜ਼ ਫਸਟ ਐਂਡ ਜੈਂਟਸ ਦਾ ਨਤੀਜੇ ਅਨਾਊਂਸ ਕਰਨਗੇ। ਓਕੇ ਜੀ, ਸਾਰੇ ਬਹੁਤ ਅੱਛੇ ਹੋ, ਪਰਮਾਤਮਾ ਤੁਹਾਨੂੰ ਅੱਗੇ ਖੁਸ਼ੀਆਂ ਬਖਸ਼ੇ, ਸਫਲਤਾ ਬਖਸ਼ੇ, ਔਰ ਤੁਸੀਂ ਇਸ ਤਰ੍ਹਾਂ ਰਿਆਜ਼ ਕਰੋ, ਜ਼ਿਆਦਾ ਰਿਆਜ਼ ਕਰੋ ਔਰ ਆਪਣੇ ਚੜ੍ਹਦੀਆਂ ਕਲਾਂ 'ਚ ਰਹੋ। ਲੇਕਿਨ ਇੱਕ ਨੂੰ ਅਸੀਂ ਚੁਣਨਾ, ਔਰ ਸਾਡੇ ਧਰਮ ਸੰਕਟ 'ਚ ਸਾਨੂੰ ਪਾਇਆ ਸੀ, ਔਰ ਉਸ 'ਚੋਂ ਅਸੀਂ ਨਤੀਜਾ ਇਹ ਦਿੱਤਾ ਕਿ ਵਜ਼ੀਰ ਅੱਜ ਦਾ ਜਿਹੜਾ ਹੈ ਉਹ ਵਿਨਰ ਹੈ। ਸੋ ਬਹੁਤ ਬਹੁਤ ਮੁਬਾਰਕਾਂ ਵਜ਼ੀਰ ਨੂੰ, ਮੈਂ ਗੁਜ਼ਾਰਿਸ਼ ਕਰਾਂਗੀ ਕਿ ਇਸ ਮੰਚ 'ਤੇ ਆ ਜਾਣ। ਸੋ ਕੋਂਗਰੈਚੁਲੇਸ਼ਨਸ ਵਜ਼ੀਰ, ਕਿਉਂਕਿ ਮੁਕਾਬਲਾ ਬਹੁਤ ਹੀ ਸਖਤ ਸੀ ਮੁੰਡਿਆਂ ਦੇ ਵਿੱਚ, ਹੁਣ ਵਾਰੀ ਹੈ ਜੀ ਕੁੜੀਆਂ ਦੀ। ਪਹਿਲਾਂ ਮੁੰਡਿਆਂ ਬਾਰੇ ਦੱਸਾਂ ਕਿ ਇਸ ਤਰ੍ਹਾਂ ਹੋਈ ਕਿ ਇੱਕ ਦਿਨ ਸਾਨੂੰ ਢਿੱਲ ਦਿੱਤੀ ਸੀ ਕਿ 2 ਕੱਢ ਲਓ, ਅੱਜ ਦਿਲ ਕਰਦਾ ਸੀ 2 ਤਾਂ ਜ਼ਰੂਰ ਕੱਢੋ, 4 ਹੀ ਕੱਢਣ ਨੂੰ ਦਿਲ ਕਰਦਾ ਸੀ। ਸਹੀ ਗੱਲ ਹੈ, ਕਿਉਂਕਿ ਉਹਦੇ ਵਿੱਚੋਂ ਫਿਰ ਅਸੀਂ ਦੇਖਿਆ ਕਿਹੜੇ ਰਾਊਂਡ ਵਿੱਚ ਕਿਹਨੇ ਕੀ ਕੀਤਾ, ਕਿਹੜੇ ਰਾਊਂਡ ਵਿੱਚ, ਕਿਉਂਕਿ ਸਾਰੇ ਹੀ ਬਹੁਤ ਖਰੇ ਸੀ, ਕੀਤਾ ਕੀ ਜਾਂਦਾ। ਹੁਣ ਰਹੀ ਲੜਕੀਆਂ ਦੀ ਗੱਲ, ਅਤੇ ਇਹਨਾਂ ਸਾਰਿਆਂ ਵਿੱਚੋਂ ਸਾਰਿਆਂ ਨੇ ਬਹੁਤ ਅੱਛਾ ਗਾਇਆ, ਅਤੇ ਲੇਕਿਨ ਅੱਜ ਦੀ ਵਿਨਰ ਅਰਸ਼ਪ੍ਰੀਤ ਸਾਡੇ ਸੈਮੀਫਾਈਨਲਿਸਟ ਹੋਣਗੇ, ਸਾਡੇ ਸੈਮੀਫਾਈਨਲ ਰਾਊਂਡ ਦੇ ਵਿੱਚ ਅਰਸ਼ਪ੍ਰੀਤ ਇੱਧਰ ਆ ਜਾਓ। ਸੋ ਅਰਸ਼ਪ੍ਰੀਤ ਔਰ ਵਜ਼ੀਰ ਜਿਨ੍ਹਾਂ ਨੂੰ ਚੁਣਿਆ ਗਿਆ ਸੈਮੀਫਾਈਨਲ ਰਾਊਂਡਸ ਦੇ ਲਈ, ਵਜ਼ੀਰ ਅਤੇ ਅਰਸ਼ਪ੍ਰੀਤ ਜੋ ਜਾਣਗੇ ਸਾਡੇ ਸੈਮੀਫਾਈਨਲ ਦੇ ਵਿੱਚ, ਅਤੇ ਅਗਲੇ ਹਫ਼ਤੇ ਮਿਲਦੇ ਆਪਣੇ 4 ਮੇਲ ਅਤੇ 4 ਫੀਮੇਲ ਕੰਟੈਸਟੈਂਟਸ ਦੇ ਨਾਲ। ਫਿਲਹਾਲ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ, ਵੇਖਦੇ ਰਹੋ MH1। ਆਪਣੀ ਆਪਣੀ ਤੌਫੀਕ ਦੇ ਮੁਤਾਬਿਕ ਪਰਫਾਰਮੈਂਸ ਤੇ ਜੱਜਸ ਦੇ ਪਾਰਖੂ ਜ਼ਿਹਨ ਮੁਤਾਬਿਕ ਫੈਸਲਾ। ਜਿੱਥੇ ਮੁਕਾਬਲਾ ਹੈ ਉੱਥੇ ਹਾਰ ਜਿੱਤ ਵੀ ਹੈ, ਤੇ ਇਸੇ ਦਾ ਹੀ ਨਾਂ ਹੈ ਕੰਪੀਟੀਸ਼ਨ। ਕੋਸ਼ਿਸ਼ ਤਾਂ ਕੀਤੀ ਸੀ ਮੇਰੇ ਵਾਸਤੇ, ਤਾਂ ਇੱਕ ਪਹਿਲਾ ਕੰਪੀਟੀਸ਼ਨ ਸੀ ਬਿਲਕੁਲ, ਪਰ ਜੱਜਿਸ ਨੇ ਬਹੁਤ ਅੱਛੀ ਐਡਵਾਈਸ ਕੀਤੀ ਹੈ, ਮੈਨੂੰ ਸਿੱਖਣਾ ਚਾਹੀਦਾ ਹੈ ਅਤੇ ਮੈਂ ਕੋਸ਼ਿਸ਼ ਕਰਾਂਗੀ ਹੁਣ ਸਿੱਖਾਂ, ਹੋਰ ਅੱਗੇ ਅੱਛਾ ਕਰਾਂ। ਅੱਗੇ ਜੋ ਉਹਨਾਂ ਦਾ ਫੈਸਲਾ ਸੀ ਬਿਲਕੁਲ ਸਹੀ ਹੈ, ਲੜਕੀ ਨੇ ਬਹੁਤ ਅੱਛਾ ਗਾਇਆ ਸੀ। ਜਿਹੜਾ ਵਿਨਰ ਹੈ ਅੱਜ ਜੋ ਲੜਕੀ ਵਿਨਰ ਹੈ, ਔਰ
ਕਿ ਮੈਨੂੰ ਕੋਈ ਅਫਸੋਸ ਨਹੀਂ ਹੈ ਕਿ ਮੈਂ ਹਾਰ ਗਈ ਹਾਂ, ਮੇਰੀ ਸਿਲੈਕਸ਼ਨ ਨਹੀਂ ਹੋਈ ਹੈ। ਜੇ ਨਜ਼ਰੀਆ ਇਹੋ ਜਿਹਾ ਹੋਵੇ ਤਾਂ ਨਾ ਤਾਂ ਕੋਈ ਨਾਕਾਮੀ ਜ਼ਿੰਦਗੀ ਦਾ ਆਖਰੀ ਮੁਕਾਮ ਹੋਵੇ ਤੇ ਨਾ ਹੀ ਕੋਈ ਕਾਮਯਾਬੀ ਜੀਵਨ ਦੀ। ਜਿੰਨੇ ਵੀ ਅੱਜ ਤੱਕ ਮੈਂ ਕੰਪੀਟੀਸ਼ਨ ਵਿੱਚ ਮਤਲਬ ਫਸਟ ਆਈ ਹਾਂ ਜਾਂ ਉਹਨਾਂ ਵਿੱਚ ਮੈਨੂੰ ਅੱਜ ਤੱਕ ਮਤਲਬ ਇੱਦਾਂ ਕਦੇ ਨਹੀਂ ਲੱਗਿਆ ਵੀ ਮੇਰਾ ਹੀ ਫਸਟ ਆਉਣਾ ਚਾਹੀਦਾ ਸੀ। ਅੱਜ ਵੀ ਮੈਨੂੰ ਉਦਾਂ ਲੱਗਦਾ ਵੀ ਮੇਰਾ ਫਸਟ ਨਹੀਂ ਸੀ ਆਉਣਾ ਚਾਹੀਦਾ। ਬਟ ਅਗਰ ਓਵਰਆਲ ਪਰਫੋਰਮੈਂਸ ਦੇਖੀ ਜਾਵੇ ਤਾਂ ਓਵਰਆਲ ਤਾਂ ਸਭ ਦੇ ਵਿੱਚ ਕਮੀਆਂ ਸੀ ਜਿੱਦਾਂ ਵੀ ਹੈ, ਬਟ ਕੁਆਟਰ ਫਾਈਨਲ ਦੇ ਵਿੱਚ ਪਹਿਲੇ 3 ਰਾਊਂਡ ਮੇਰੇ ਮਤਲਬ ਬਾਕੀਆਂ ਦੇ ਮੁਕਾਬਲੇ ਸਭ ਤੋਂ ਆਪ ਹੀ ਰਹੇ ਹੈ, ਕੋਈ ਕਮੀ ਵੀ ਨਹੀਂ ਨਿਕਾਲੀ ਇਹਨਾਂ ਨੇ ਜਿਸ ਤਰ੍ਹਾਂ ਵੀ। ਬਟ ਐਂਡ ਵਾਲੇ ਰਾਊਂਡ ਵਿੱਚ ਠੀਕ ਹੈ, ਅਗਰ ਦੇਖਿਆ ਜਾਵੇ ਤਾਂ ਮੇਰੇ ਤੋਂ ਇਲਾਵਾ ਬਾਕੀ ਪਾਰਟੀਸੀਪੈਂਟਸ ਦੇ ਵੀ ਤਾਂ ਬਹੁਤ ਸਾਰੀਆਂ ਕਮੀਆਂ ਸੀਗੀਆਂ ਨਾ, ਬਟ ਅਗਰ ਮੈਨੂੰ ਹੀ ਲਿੱਤਾ ਲੈ ਕੇ ਬਹਿ ਗਏ ਹੈ ਕਿ ਨਹੀਂ ਇਹ ਗਲਤ ਹੈ ਜਾਂ ਤੁਸੀਂ ਠੀਕ ਹੈ, ਮੈਂ ਮੰਨਦੀ ਕਿ ਮੇਰੀ ਚੋਇਸ ਨਹੀਂ ਸੀ ਉਸ ਵਕਤ, ਮੈਂ 4th ਰਾਊਂਡ ਵਿੱਚ ਮੈਂ ਥੋੜ੍ਹਾ ਹੋ ਗਈ, ਬਟ ਮੈਨੂੰ 85-90% ਤਾਂ ਇਹੀ ਸੀਗਾ ਕਿ ਮੈਂ ਵਿਨ ਕਰਾਂਗੀ। ਬਟ ਇਹਨਾਂ ਨੇ ਇਹਨਾਂ ਨੂੰ ਅਗਰ ਲੱਗਦਾ ਸੀਗਾ ਕਿ ਇਸ ਤੋਂ ਇਲਾਵਾ ਕਿ ਕੋਈ ਹੋਰ ਅੱਛਾ ਗਾਉਂਦਾ ਜਿਸ ਤਰ੍ਹਾਂ ਅਰਸ਼ਪ ਬਹੁਤ ਅੱਛਾ ਗਾਉਂਦੀ ਹੈ, ਬਟ ਸਾਡੇ ਵਿੱਚ ਉਹਨਾਂ ਵਿੱਚ ਟਾਈ ਵੀ ਤਾਂ ਕਰ ਸਕਦੇ ਸੀ ਨਾ। ਰਿਜ਼ਲਟ ਜੋ ਵੀ ਹੋਇਆ ਜੱਜਾਂ ਨੇ ਆਪਣੇ ਜੋ ਵੀ ਉਹਨਾਂ ਨੂੰ ਅੱਛਾ ਲੱਗਿਆ ਉਹਨਾਂ ਨੇ ਠੀਕ ਹੀ ਕੀਤਾ ਹੋਏਗਾ। ਬਾਕੀ ਜਿੱਥੇ ਤੱਕ ਲੜਕੀ ਕਹਿ ਰਹੀ ਹੈ ਕਿ 3 ਰਾਊਂਡ ਦੇ ਵਿੱਚ ਉਹਨੇ ਅੱਛਾ ਪਰਫੋਰਮ ਕੀਤਾ, ਉਹਦੇ ਵਿੱਚ ਥੋੜ੍ਹੀ ਜਿਹੀ ਸ਼ਾਇਦ 4th ਰਾਊਂਡ 'ਚ ਕੋਈ ਗਲਤੀ ਹੋਵੇ, ਪਰ 3 ਰਾਊਂਡ ਨੂੰ ਵੀ ਦੇਖਣਾ ਚਾਹੀਦਾ ਸੀਗਾ ਜੱਜਾਂ ਨੂੰ। ਲੇਕਿਨ ਮੈਨੂੰ ਇਹ ਪਤਾ ਲੱਗ ਗਿਆ ਕਿ ਮੇਰੀ ਪਹਿਲੀ ਪਰਫਾਰਮੈਂਸ 2 ਗੀਤਾਂ ਦੀ ਵਧੀਆ ਨਹੀਂ ਰਹੀ, 2 ਗੀਤਾਂ ਦੀ ਵਧੀਆ ਰਹੀ। ਮੈਂ ਇੰਨੇ 'ਚ ਹੀ ਬਹੁਤ ਖੁਸ਼ ਹਾਂ ਕਿ ਮੇਰੀ 2 ਗੀਤਾਂ ਦੀ ਪਰਫੋਰਮੈਂਸ ਬਹੁਤ ਵਧੀਆ ਰਹੀ ਔਰ ਜਿਸ ਨੂੰ ਸਾਰਿਆਂ ਨੂੰ ਪਸੰਦ ਆਈ। ਬਾਕੀ ਹਾਰ ਜਿੱਤ ਤਾਂ ਬਣੀ ਹੈ, ਕਿਸੇ ਨੇ ਹਾਰਨਾ ਕਿਸੇ ਨੇ ਜਿੱਤਣਾ, ਇਹ ਤਾਂ ਕੋਈ ਪ੍ਰੋਬਲਮ ਨਹੀਂ ਜੀ। ਬਾਕੀ ਮੈਂ ਅਗਲੀ ਵਾਰ ਫਿਰ ਟਰਾਈ ਕਰਾਂਗਾ, ਜ਼ਰੂਰ ਆਵਾਂਗਾ MH ਬਣ। ਥੈਂਕ ਯੂ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਕੰਪੀਟੀਸ਼ਨ ਬਹੁਤ ਟਫ ਸੀਗਾ, ਮੇਰੇ ਨਾਲ ਦੇ ਜਿਹੜੇ ਵੀ ਗਾਉਣ ਵਾਲੇ ਹੁੰਦੇ ਸੀ ਬਹੁਤ ਜ਼ਿਆਦਾ ਵਧੀਆ ਗਾਉਂਦੇ ਸੀ, ਪਰ ਕਹਿ ਲਈ ਕਿ ਮੇਰਾ ਸਤਿਗੁਰ ਦੀ ਨਜ਼ਰ ਮੇਰੇ 'ਤੇ ਸਵੱਲੀ ਸੀਗੀ, ਜਿਹਦੀ ਬਦੌਲਤ ਔਰ ਮੇਰੇ ਮੰਮੀ ਡੈਡੀ ਮੇਰੇ ਫਾਦਰ ਸਾਹਿਬ ਮੇਰੇ ਨਾਲ ਨੇ, ਜਿਨ੍ਹਾਂ ਦੀ ਬਦੌਲਤ ਮੈਂ ਇਹ ਰਾਊਂਡ ਕਲੀਅਰ ਕਰ ਪਾਇਆ। ਅਤੇ ਬਾਕੀ ਬਹੁਤ ਸਾਰੀਆਂ ਦੁਆਵਾਂ
ਇਹਦੇ ਵਿੱਚ ਹਿੱਸਾ ਹੀ ਨਾ, ਬਾਕੀ ਮੈਂ ਇੰਨਾ ਕਹਿਣਾ ਚਾਹਾਂਗਾ। ਥੈਂਕ ਯੂ ਵੈਰੀ ਮੱਚ। ਓਵਰਆਲ ਮੈਂ ਅੱਛਾ ਗਾਇਆ ਔਰ ਉਹਨਾਂ ਨੇ ਮੇਰੇ ਤਬ ਵੀ ਨਹੀਂ ਨਿਕਾਲਾ, ਠੀਕ ਹੈ। ਓਵਰਆਲ ਤੋਂ ਨਹੀਂ, ਲੇਕਿਨ 100 ਮੇ ਸੇ 10% ਨਹੀਂ ਅੱਛਾ ਗਾਇਆ ਨਾ, ਇਹ ਬਾਤ ਬਾਕੀ ਮੇਰੇ ਸਾਥ ਜੋ ਕੰਪੀਟੀਟਰ ਸੇ ਉਨਸੇ ਵੀ ਪੁੱਛ ਸਕਤੇ ਹੋ। ਐਕਸੈਪਟ ਕਰੇਂਗੇ ਵੋ, ਦੇ ਵਿਲ ਐਕਸੈਪਟ। ਗਾਇਆ ਤਾਂ ਸਾਰਿਆਂ ਨੇ ਵਧੀਆ, ਪਰ ਸਾਰਿਆਂ ਨੇ ਕੋਸ਼ਿਸ਼ ਕੀਤੀ, ਪਰ ਜੱਜਿਸ ਨੂੰ ਜੋ ਹੁਣ ਉਹਨਾਂ ਦੇ ਮਤਲਬ ਉਹਨਾਂ ਦਾ ਆਪਣਾ ਪਰਖਣ ਦਾ ਆਪਣਾ ਮਤਲਬ ਹੁੰਦਾ। ਜੋ ਪਰਮਾਤਮਾ ਨੇ ਕੀਤਾ ਜਾਂ MH ਬਣਨ ਵਾਲਿਆਂ ਨੇ ਕੀਤਾ, ਇਹ ਇੱਕ ਬਹੁਤ ਵੱਡੀ ਸਾਡੇ ਵਾਸਤੇ ਦੇਣ ਆ, ਇਹਨੂੰ ਅਸੀਂ ਭੁੱਲ ਜਾਂਦੇ। ਸ਼ਾਇਦ ਮੇਰੇ ਸੇ ਜ਼ਿਆਦਾ ਮੇਰੇ ਜਿਨ੍ਹਾਂ ਨੇ ਮੇਰੇ ਉਮੀਦਾਂ ਲਗਾਈਆਂ। ਕਿ ਸ਼ਾਇਦ ਯਹਾਂ ਤੱਕ ਪਹੁੰਚਣੇ ਕੇ ਲਈ ਉਹਨਾਂ ਨੇ ਵੀ ਮੇਰਾ ਬਹੁਤ ਸਾਥ ਦਿਆ। ਕਿਤੇ ਅੱਖਾਂ ਵਿੱਚ ਨਮੀ, ਕਿਤੇ ਬੁੱਲਾਂ ਤੇ ਮੁਸਕਾਨ, ਇਹੋ ਜਿਹੇ ਰੰਗਾਂ ਦੇ ਨਾਲ ਫਿਰ ਮਿਲਾਂਗੇ ਆਵਾਜ਼ ਪੰਜਾਬ ਦੀ ਤੇ ਅਗਲੇ ਐਪੀਸੋਡ ਵਿੱਚ। ਵੇਖਦੇ ਰਹੋ ਆਵਾਜ਼ ਪੰਜਾਬ ਦੀ।